ਹੈਲੋ एवरीवन वेलकम यू ऑल ਓਨ ਯਰ ਓਨ ਚੈਨਲ ਲਰਨ एवरीथिंग ਸੋ ਅਸੀਂ ਕਰਨ ਜਾ ਰਹੇ ਹਾਂ ਕੈਮਿਸਟਰੀ ਦਾ ਨੈਕਸਟ ਚੈਪਟਰ 댓 ਇਜ਼ ਇਕੁਲੀਬਰੀਅਮ ਇਹ ਸਿਲੇਬਸ ਦੇ ਵਿੱਚ ਮੈਂਸ਼ਨ ਹੈਗਾ ਤੇ ਮਾਸਟਰ ਕਿਟ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਦੇ ਆ ਠੀਕ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਕੁਐਸਚਨ ਕਰਵਾਵਾਂਗੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿੱਦਾਂ ਜਿੱਦਾਂ ਟਾਪਿਕ ਹੋਏਗਾ ਨਾਲ ਨਾਲ ਹੀ ਮੈਂ ਜੋ ਮਾਸਟਰ ਕਿਟ ਦੇ ਵਿੱਚ ਕੁਐਸਚਨ ਆਏ ਉਹ ਵੀ ਦੱਸ ਦਵਾਂਗੀ ਕਲੀਅਰ ਸੋ ਇਸ ਚੈਪਟਰ ਨੂੰ ਸੰਗੀ ਤਰ੍ਹਾਂ ਦੇਖਣਾ ਬਿਕਾਜ਼ ਇੰਪੋਰਟੈਂਟ ਹੈਗਾ ਦੋਨੋਂ ਹੀ ਸਾਲ ਮਤਲਬ ਦੋ ਵਾਰੀ ਜਦੋਂ ਪੇਪਰ ਹੋਇਆ ਹੈਗਾ ਆ ਮਾਸਟਰ ਕਿਟ ਦੇ ਦੋਨੀਆਂ ਬਰੀ ਇਹਦੇ ਵਿੱਚ ਸੋ ਸ਼ੁਰੂ ਕਰਦੇ ਆ ਚੈਪਟਰ ਬਹੁਤ ਈਜ਼ੀ ਹੈਗਾ ਇਕੁਇਲਿਬਰੀਅਮ ਐਂਡ ਇਟਸ ਡਾਇਨਾਮਿਕ ਨੇਚਰ ਫਰਸਟ ਆਫ 올 ਇਕੁਇਲਿਬਰੀਅਮ ਦੀ ਡੈਫੀਨੇਸ਼ਨ ਕਲੀਅਰ ਕਰਦੇ ਆ ਇਕੁਇਲਿਬਰੀਅਮ ਇਜ਼ ਅ ਸਟੇਟ ਐਕਚੁਅਲੀ ਇਕੁਇਲਿਬਰੀਅਮ ਇੱਕ ਸਟੇਟ ਆ ਜਿਹਦੇ ਉੱਤੇ ਕਨਸੈਂਟ੍ਰੇਸ਼ਨ ਆ ਰੈਕਟੈਂਟ ਤੇ ਪ੍ਰੋਡਕਟ ਦੀ ਉਹ ਚੇਂਜ ਨਹੀਂ ਹੁੰਦੀ ਟਾਈਮ ਦੇ ਨਾਲ ਸੋ ਇਕੁਇਲਿਬਰੀਅਮ ਇਜ਼ ਅ ਸਟੇਟ ਐਟ ਵਿਚ ਕਨਸੈਂਟ੍ਰੇਸ਼ਨ ਆਫ ਰੈਕਟੈਂਟ ਐਂਡ ਪ੍ਰੋਡਕਟ ਡੂ ਨੋਟ ਚੇਂਜ ਵਿਦ ਟਾਈਮ ਠੀਕ ਹੈ ਯਾਨੀ ਕਿ ਇਹ ਉਹ ਸਟੇਟ ਆ ਜਿੱਥੇ ਜਿਹੜੀ ਕਨਸਟੈਂਸੀ ਹੁੰਦੀ ਆ ਆਫ ਸਰਟਨ ਮੇਜਰੇਬ ਸੋ ਆਈ ਹੋਪ ਤੁਹਾਨੂੰ ਪਹਿਲਾ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ ਹੋ ਗਈ ਹੋਵੇਗੀ ਸੋ ਨੈਕਸਟ ਦੇ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਹੈ what is the state of equilibrium to our i is it appear that nothing is happening at equilibrium thought at a microscopic level nothing appear to be sorry macroscopic level de kuch bhi happening nahi ho rahi that on the molecular level there is a continuous change matlab is state jdi ae dekhange ni sanu pata lagda matlab macroscopic level te gal karange kuch bhi appear nahi ho raha ki utthe kuch ho raha but je aap molecular level te kari utthe continuous changes ho rahe ho te sab to important aspect jda is equilibrium system da hega that is reversibility ਠੀਕ ਹੈ ਥੇਰਫੋਰ ਥੀਸ ਆਰ ਰਿਪਰੈਜ਼ੈਂਟਡ ਬਾਏ ਦ ਡਬਲ ਐਰੋ ਉਹ ਹਮੇਸ਼ਾ ਡਬਲ ਐਰੋ ਨਾਲ ਹੀ ਰਿਐਕਸ਼ਨ ਨੂੰ ਲਿਖਿਆ ਜਾਂਦਾ ਬਿਕੋਜ਼ ਥੇ ਆਰ ਰਿਵਰਸੀਬਲ ਓਕੇ ਇਹ ਰਿਐਕਸ਼ਨ ਜੇ ਫਾਰਵਰਡ ਹੋ ਸਕਦੀ ਆ ਤੇ ਫਿਰ ਬੈਕਵਰਡ ਵੀ ਹੋ ਸਕਦੀ ਆ ਥਿਸ ਇਜ਼ ਦਾ ਹੇਬਰ ਪ੍ਰੋਸੈਸ ਨਾਈਟ੍ਰੋਜਨ ਤੇ ਹਾਈਡਰੋਜਨ ਦਾ ਆਪਾਂ ਯੂਜ਼ ਕਰਕੇ ਅਮੋਨੀਆ ਬਣਾਇਆ ਐਂਡ ਇਟ ਕੈਨ ਬੈਕ ਕਨਵਰਟਡ ਇਨਟੂ ਨਾਈਟ੍ਰੋਜਨ ਐਂਡ ਹਾਈਡਰੋਜਨ ਓਕੇ ਇਨਫੈਕਟ ਐਟ ਇਕੁਇਲਿਬਰੀਅਮ ਬੋਥ ਫਾਰਵਰਡ ਐਂਡ ਦਾ ਬੈਕਵਰਡ ਰਿਐਕਸ਼ਨਸ are still taking place but the rate of forward and backward reaction are equal yehi main itte point hai ga age bhi as vaisa aana equilibrium te jo rate of forward direction hunda that is equal to ki hunda rate of backward reaction as a result concentration jehdi hai our species the become constant ho jandi hai isliye apaa kehne hai system jehda ho dynamic equilibrium dynamic hai but equilibrium hai theek hai so isliye bolte dynamic equilibrium dynamic means moving dynamic da itthe matlab ki ho move kar reha theek hai and at the microscopic level the system is in motion thus the although there is no apparent change at equilibrium that both forward and backward reaction continue to take place matlab ithe forward backward reaction dono hi take place hundiyan dono hi jediyan aho reactions ithe proceed hundiyan hai giyan so i hope tuhanu ithe pehla equilibrium da clear ho gaya ਨੈਕਸਟ ਦੇਖੋ ਇਹਦੇ ਵਿੱਚ ਹੈ ਰੇਟ ਆਫ ਫਾਰਵਰਡ ਡਾਇਰੈਕਸ਼ਨ ਇਸ ਇਕੁਅਲ ਟੂ ਰੇਟ ਆਫ ਬੈਕਵਰਡ ਡਾਇਰੈਕਸ਼ਨ ਜਿਹਦੀ ਆਪਾਂ ਗੱਲ ਕੀਤੀ ਵੀ ਆ ਕਿ ਜਦੋਂ ਵੀ ਕੋਈ ਸਿਸਟਮ ਡਾਇਨਾਮਿਕ ਇਕੁਇਲਿਬ੍ਰੀਅਮ ਦੇ ਵਿੱਚ ਹੈਗਾ ਉੱਥੇ ਰੇਟ ਆਫ ਫਾਰਵਰਡ ਡਾਇਰੈਕਸ਼ਨ ਕੀ ਹੋਏਗਾ ਰੇਟ ਆਫ ਬੈਕਵਰਡ ਡਾਇਰੈਕਸ਼ਨ ਥਿਸ ਇਸ ਵੈਰੀ ਇੰਪੋਰਟੈਂਟ ਉਸ ਤੋਂ ਬਾਅਦ ਬਹੁਤ ਸਾਰੀਆਂ ਕੈਮੀਕਲ ਰਿਐਕਸ਼ਨ ਹੁੰਦੀਆਂ ਜਿਹੜੀ ਸਟੇਟ ਆਫ ਕੈਮੀਕਲ ਏਕੂਲੀਬ੍ਰੀਅਮ ਜਿਹੜੀ ਉਹ ਤਿੰਨ ਕਲਾਸੀਫਾਈ ਕੀਤੀ ਤਿੰਨ ਗਰੁੱਪ ਦੇ ਵਿੱਚ ਪਹਿਲਾ ਗਰੁੱਪ ਦੇ ਵਿੱਚ ਉਹ ਰੱਖਿਆ ਜਿੱਥੇ ਜਿਹੜੀ ਕੈਮੀਕਲ ਰਿਐਕਸ਼ਨ ਉਹ ਪ੍ਰੋਸੀਡ ਕਰਦੀ ਪਈ ਹੈ ਨੀਅਰਲੀ ਟੂ ਕੰਪਲੀਸ਼ਨ ਮਤਲਬ ਕੰਪਲੀਟ ਹੋ ਗਈ ਹੈ ਤੇ ਇਸ ਬਿਲਕੁਲ ਥੋੜਾ ਜਿਹਾ ਰਿਐਕਟੈਂਟ ਲੈਫਟ ਰਹਿ ਗਿਆ ਦੂਸਰਾ ਕੇਸ ਜਿੱਥੇ ਪ੍ਰੋਡਕਟ ਬਹੁਤ ਘੱਟ ਬਣੇਗਾ ਤੇ ਰਿਐਕਟੈਂਟ ਜਿਹੜਾ ਆ ਅਨਚੇਂਜ ਰਹੇਗਾ ਐਟ ਦੀ ਏਕੂਲੀਬ੍ਰੀਅਮ ਮਤਲਬ ਮੋਸਟ ਆਫ ਦੀ ਰਿਐਕਟੈਂਟ ਅਨਚੇਂਜ ਰਹਿਣਾ ਮਤ ਇਕੁਇਲ ਰਹੇਗੀ ਮਤਲਬ ਕਿ ਜਿੰਨਾ ਕਾ ਪ੍ਰੋਡਕਟ ਬਣੇਗਾ ਉਨੇ ਪਿੱਛੇ ਰਿਐਕਟ ਮਨ ਹਾਫ ਰਿਐਕਟੈਂਟ ਕਨਵਰਟ ਹੋ ਜਾਗਾ ਪ੍ਰੋਡਕਟ ਦੇ ਵਿੱਚ ਠੀਕ ਹੈ ਮਤਲਬ ਦੋਨੇ ਕੰਪੇਅਰੇਬਲ ਹੈਗੇ ਐਟ ਇਕੁਇਲਿਬਰੀਅਮ ਸੋ ਇਹ ਜਿਹੜੀ ਕੁਝ ਕ ਆਸਪੈਕਟ ਉਹਨੇ ਆਪਾਂ ਇਹਨਾਂ ਨੂੰ ਤਿੰਨ ਇਹਨਾਂ ਵਿੱਚ ਕਲਾਸੀਫਾਈ ਕੀਤਾ ਹੋਏਗਾ ਨੈਕਸਟ ਦੇਖੋ ਦੋ ਦੀਆਂ ਟਾਈਪਸ ਆ ਫਿਜ਼ੀਕਲ ਐਂਡ ਕੈਮੀਕਲ ਇਕੁਇਲਿਬਰੀਅਮ ਫਰਸਟ ਇਜ਼ ਫਿਜ਼ੀਕਲ ਇਕੁਇਮ ਜਿਹੜਾ ਫਿਜ਼ੀਕਲ ਪ੍ਰੋਸੈਸ ਦੇ ਵਿੱਚ ਆਂਦਾ ਆ ਫਿਜ਼ੀਕਲ ਪ੍ਰੋਸੈਸ ਲਾਈਕ ਮੈਲਟਿੰਗ ਆਫ ਆਈਸ ਟੂ ਵਾਟਰ ਐਵੇਪੋਰੇਸ਼ਨ ਆਫ ਵਾ ਡਿਸੋਲਿਊਸ਼ਨ ਆਫ 슈ਗਰ ਨੂੰ ਜਦ ਅਸੀਂ ਵਾਟਰ ਚ ਡਿਸਲੂਟ ਕਰਦੇ ਆ ਨੈਕਸਟ ਕੈਮੀਕਲ ਜਿਹੜੇ ਕੈਮੀਕਲ ਪ੍ਰੋਸੈਸਸਿਸ ਦੇ ਵਿੱਚ ਲਾਈਕ ਡੀਕੰਪੋਜੀਸ਼ਨ ਆਫ ਕੈਲਸ਼ੀਅਮ ਕਾਰਬੋਨੇਟ ਰਿਐਕਸ਼ਨ ਬਿਟਵੀਨ ਹਾਈਡਰੋਜਨ ਐਂਡ ਆਇਓਡੀਨ ਸੋ ਜੋ ਕੈਮੀਕਲ ਰਿਐਕਸ਼ਨਸ ਦੇ ਵਿੱਚ ਇਕੁਲੀਬ੍ਰੀਅਮ ਆਏਗਾ ਦੈਟ ਇਜ਼ ਕੈਮੀਕਲ ਇਕੁਲੀਬ੍ਰੀਅਮ ਜੋ ਫਿਜ਼ੀਕਲ ਪ੍ਰੋਸੈਸਸਿਸ ਦੇ ਵਿੱਚ ਆਏਗਾ ਫਿਜ਼ੀਕਲ ਇਕੁਲੀਬ੍ਰੀਅਮ ਨੈਕਸਟ ਵੈਰੀ ਇੰਪੋਰਟੈਂਟ ਹੈ ਹੈਨਰੀ ਲਾ ਦ ਸੋਲਿਬਿਲਟੀ ਆਫ ਗੈਸਿਸ ਇਨ ਲਿਕਵਿਡ ਡਿਪੈਂਡ ਅਪ ਔਨ ਦਾ ਪ੍ਰੈਸ਼ਰ ਇਹ ਮੈਂ ਹੈਨਰੀ ਲਾਸ ਕਰਵਾਏ ਵੀ ਸੋ ਇੱਥੇ ਵੀ ਇਹਦਾ ਥੋੜਾ ਰੋਲ ਹੈਗਾ ਆ ਕਿ ਜਿਹੜੀ ਸੋਲਿਬਿਲਟੀ ਗੈਸਿਸ ਦੀ ਲਿਕਵਿਡ ਦੇ ਵਿੱਚ ਮਤਲਬ ਕੋਈ ਲਿਕਵਿਡ ਜਿੱਦਾਂ ਬੋਟਲ ਹੁੰਦੀ ਆ ਜਾਂ ਸੋਡਾ ਵਾਟਰ ਬੋਟਲ ਜਾਂ ਕਹਿ ਲਓ ਉਹਨਾਂ ਵਿੱਚ ਵੀ ਗੈਸ ਘੁਲੀ ਹੁੰਦੀ ਆ ਸੋ ਉਹਨਾਂ ਦੀ ਸੋਲਿਬਿਲਟੀ ਜਿਹੜੀ ਆ ਉਹ ਡਿਪੈਂਡ ਕਰਦੀ ਆ ਪ੍ਰੈਸ਼ਰ ਤੇ ði ਡਿਪੈਂਡੈਂਸੀ ਆਫ ਸੋਲਿਬਿਲਟੀ ਆਫ ਗੈਸਿਸ ਐਟ ਇਟਸ ਪ੍ਰੈਸ਼ਰ ਅਬਵ ਦ ਸੋਲਵੈਂਟ ਉਹ ਤੁਹਾਨੂੰ ਦੱਸਿਆ ਸੀ ਹੈਨਰੀ ਲਾਅ ਨੇ ਦੱਸਿਆ ਸੀ ਮਾਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪੀ ਹੁਣ ਮਾਸ ਕਿਹੜਾ ਆ ਮਤਲਬ ਕਿੰਨੀ ਜਿਹੜੀ ਗੈਸ ਡਿਸਾਲਵ ਹੋਈ ਇਨ ਦ 기ਵਨ ਮਾਸ ਆਫ ਸੋ ਕਿਹਦੇ ਪ੍ਰੋਪੋਰਸ਼ਨਲ ਹੋਣੀ ਹੈ ਕਿੰਨਾ ਪ੍ਰੈਸ਼ਰ ਹੈਗਾ ਉਸ ਗੈਸ ਦਾ ਅਵਬ ਦਾ ਸੋਲਵੈਂਟ ਠੀਕ ਹੈ ਸੋਡਾ ਵਾਟਰ ਬੋਟਲ ਦੀ ਉਹੀ ਐਗਜ਼ਾਮਪਲ ਦਿੱਤੀ ਹੈ ਸੋ ਇਹਦਾ ਥੋੜਾ ਆਈਡੀਆ ਰੱਖ ਲੈਣਾ ਨੈਕਸਟ ਵੈਰੀ ਇੰਪੋਰਟੈਂਟ ਲਾਫ ਮਾਸ ਇਕਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਬਹੁਤ ਜ਼ਿਆਦਾ ਈਜ਼ੀ ਵੀ ਹੈਗਾ ਦੇਖੋ ਲਾਫ ਮਾਸ ਇਕਸ਼ਨ ਜਿਹੜਾ ਆ ਇਹਨੇ ਸਾਨੂੰ ਰਿਲੇਸ਼ਨਸ਼ਿਪ ਦਿੱਤਾ ਕਿਹਦੇ ਬਿਟਵੀਨ ਰੇਟ ਆਫ ਰਿਐਕਸ਼ਨ ਐਂਡ ਕਨਸੈਂਟ੍ਰੇਸ਼ਨ ਆਫ ਰਿਐਕਟਿੰਗ ਸਪੀਸੀਜ਼ ਮਤਲਬ ਜਿਹੜੀ ਇਹ ਚੀਜ਼ਾਂ ਆਪਸ ਵਿੱਚ ਰਿਐਕਟ ਕਰ ਰਹੀਆਂ ਉਹਨਾਂ ਦੀ ਕਨਸੈਂਟ੍ਰੇਸ਼ਨ ਐਂਡ ਰੇਟ ਆਫ ਰਿਐਕਸ਼ਨ ਇਹਨੇ ਕੀ ਬੋਲਿਆ ਧਿਆਨ ਨਾਲ ਸਮਝਿਓ ਕਿ ਜਿਹੜਾ ਰੇਟ ਹੈ ਨਾ ਕਿਸੇ ਵੀ ਕੈਮੀਕਲ ਰਿਐਕਸ਼ਨ ਦਾ ਮਤਲਬ ਕਿਸੇ ਵੀ ਕੈਮੀਕਲ ਰਿਐਕਸ਼ਨ ਦਾ ਰੇਟ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈਗਾ ਪ੍ਰੋਡਕਟ ਪ੍ਰੋਡਕਟ ਦਾ ਮਤਲਬ ਕਿਤੇ ਇਹਨਾਂ ਦੀ ਮਲਟੀਪਲਾਈ ਆਫ ਮੋਲਰ ਕਨਸੈਂਟ੍ਰੇਸ਼ਨ ਆਫ ਰਿਐਕਟੈਂਟ ਐਟ ਕਨਸਟੈਂਟ ਟੈਂਪਰੇਚਰ ਐਟ ਐਨੀ 기ਵਨ ਟਾਈਮ ਸਮਝ ਆਏਗਾ ਹੋਣੀ ਤਾਂ ਇਹ ਬਹੁਤ ਜੈਜ਼ੀ ਹੈਗਾ ਦੇਖੋ ਇਹ ਹੀ ਡੈਫੀਨੇਸ਼ਨ ਨੂੰ ਐਕਸਪਲੇਨ ਇੱਥੇ ਹੁਣ ਥੋੜਾ ਮੈਥਮੈਟਿਕਲੀ ਦੇਖਦੇ ਆ ਇਹ ਦੇਖੋ ਥਿਸ ਇਸ ਅ ਰਿਐਕਸ਼ਨ A B ਗਿਵਸ ਅ ਪ੍ਰੋਡਕਟ ਏ ਰੈਐਕਟੈਂਟ ਹੈਗਾ ਬੀ ਰੈਐਕਟੈਂਟ ਹੈਗਾ ਰੈਐਕਟੈਂਟ ਨੇ ਆਪਸ ਚ ਰੈਐਕਟ ਕਰਕੇ ਸਾਨੂੰ ਪ੍ਰੋਡਕਟ ਦਿੱਤਾ ਪਹਿਲੀ ਗੱਲ ਕਲੀਅਰ ਹੁਣ ਅਕੋਰਡਿੰਗ ਟੂ ਲਾਫ ਮਾਸ ਲਾਫ ਮਾਸ ਨੇ ਕਿਹਾ ਕਿ ਜਿਹੜਾ ਰੇਟ ਹੈ ਨਾ ਇਸ ਕੈਮੀਕਲ ਰੈਐਕਸ਼ਨ ਦਾ ਉਹ ਕਿਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਪ੍ਰੋਡਕਟ ਆਫ ਪ੍ਰੋਡਕਟ ਮਤਲਬ ਮਲਟੀਪਲਾਈ ਕਿ ਦੀ ਕਨਸੈਂਟ੍ਰੇਸ਼ਨ ਆਫ ਰੈਐਕਟਿੰਗ ਸਪੀਸੀਜ਼ ਇਹ ਜਿਹੜਾ ਸਾਈਨ ਲਗਾਨੇ ਨਾ ਆਪਾਂ ਸਾਈਡ ਤੇ ਬ੍ਰੈਕਟਸ ਇਹ ਹੈਗੇ ਇਹ ਰਿਪਰੈਜ਼ੈਂਟ ਕਰਦੀਆਂ ਕਨਸੈਂਟ੍ਰੇਸ਼ਨ ਮੋਲਰ ਕਨਸੈਂਟ੍ਰੇਸ਼ਨ ਇਹਨਾਂ ਦੀ ਉਹਨਾਂ ਦੀ ਆਪਸ ਚ ਗੁਣਾ ਕਰ ਦੋ ਕਿ ਇਹਨਾਂ ਦੀ ਰਿਐਕਟੈਂਟ ਦੀ ਏ ਤੇ ਬੀ ਕਿ ਸੀਗੇ ਰਿਐਕਟੈਂਟ ਰਿਐਕਟੈਂਟ ਦੀ ਮੋਲਰ ਕਨਸੈਂਟ੍ਰੇਸ਼ਨ ਦਾ ਪ੍ਰੋਡਕਟ ਕਰ ਦੋ ਉਹ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਇਸ ਪੂਰੀ ਰਿਐਕਸ਼ਨ ਦਾ ਰੇਟ ਠੀਕ ਹੈ ਸੋ ਰੇਟ ਆਫ ਦਿਸ ਕੈਮੀਕਲ ਰਿਐਕਸ਼ਨ ਅਕੋਰਡਿੰਗ ਟੂ ਲਾਮੈਕ ਲਾਫ ਮਾਸ ਐਕਸ਼ਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੋਡਕਟ ਪ੍ਰੋਡਕਟ ਮਤਲਬ ਗੁਣਾ ਇਹਨਾਂ ਦੀ ਕਿ ਇਹਦੀ ਕਨਸੈਂਟ੍ਰੇਸ਼ਨ ਆਫ ਰਿਐਕਟਿੰਗ ਸਪੀਸੀਜ਼ ਕਲੀਅਰ ਪ੍ਰੋਪੋਰਸ਼ਨੈਟੀਟਾ ਕੇ ਬਰਾਬਰ ਦੀ ਕਨਸਟੈਂਟ ਆਂਦਾ ਕੇ ਠੀ ਦਾ ਮੋਲਰ ਕਨਸੈਂਟ੍ਰੇਸ਼ਨ दैट इज ਨੰਬਰ ਆਫ ਮੋਲਸ ਪਰ ਲੀਟਰ ਇਸ ਕਾਲਡ ਨੂੰ ਅਸੀਂ ਐਕਟਿਵ ਮਾਸ ਵੀ ਕਹਿੰਨੇ ਐਕਟਿਵ ਮਾਸ ਥਿਊਰੀ ਅੱਗੇ ਇਹੀ ਬਣ ਜਾਂਦੀ ਆ ਠੀਕ ਹੈ ਅਸੀਂ ਐਕਟਿਵ ਮਾਸ ਦੇ ਕਨਸੈਪਟ ਤੋਂ ਵੀ ਆ ਜਾਂਦਾ ਹੈ ਨੈਕਸਟ ਜੇ ਅਸੀਂ A ਤੇ B ਦੀ ਕਨਸੈਂਟ੍ਰੇਸ਼ਨ 1 ਕਰ ਦਈਏ ਇੱਥੇ ਤਾਂ R ਬਰਾਬਰ ਕੀ ਆ ਜਾਏਗਾ K ਆ ਜਾਏਗਾ ਕਿ ਨਹੀਂ ਸੋ ਆਪਾਂ ਕਹਿ ਸਕਦੇ ਹਾਂ ਜਿਹੜਾ ਰੇਟ ਕਨਸਟੈਂਟ K ਆ ਇਹ ਰੇਟ ਆਫ ਰਿਐਕਸ਼ਨ ਹੀ ਹੈਗਾ ਇਟ ਇਜ਼ ਅ ਰੇਟ ਆਫ ਰਿਐਕਸ਼ਨ ਕਦੋਂ ਜਦੋਂ ਕਨਸੈਂਟ੍ਰੇਸ਼ਨ ਆਫ ਰੈਕਟਿੰਗ ਸਪੀਸ਼ੀਜ਼ ਕਿੰਨੀ ਹੋ ਗਈ ਯੂਨਿਟੀ ਕਿੰਨੀ ਹੋ ਜਾਏਗੀ ਜਦੋਂ ਯੂਨਿਟੀ ਇਹ ਸਿੰਪਲ ਜੇ ਮੈਂ ਰिएक्टਿੰਗ ਕਨਸੈਂਟ੍ਰੇਸ਼ਨ ਜਿਹੜੀ ਹੈ ਰिएक्टਿੰਗ ਸਪੀਸੀਜ਼ ਦੀ ਕਨਸੈਂਟ੍ਰੇਸ਼ਨ 1 ਕਰ ਦਮਾ ਯੂਨਿਟੀ ਕਰ ਦਮਾ ਤੇ ਰੇਟ ਕੀ ਬਅਜੇਗਾ ਕੇ ਦੇ ਬਰਾਬਰ ਹੀ ਹੋ ਜਾਏਗਾ ਠੀਕ ਹੈ ਨੈਕਸਟ ਇਹਦਾ ਵੀ ਲਿਖਿਆ ਜਾ ਸਕਦਾ ਮਤਲਬ ਜਿਹੜੇ ਵੀ ਕੋਫੀਸ਼ੀਐਂਟ ਹੈ ਨਾ ਮੋਰੇ ਜਦੋਂ ਹੁਣ ਰिएक्शन ਉਹ ਤਾਂ ਸਿੰਪਲ ਸੀ ਜਦੋਂ ਮੈਂ ਇਹ ਵਾਲੀ ਰिएक्शन ਲਵਾਂ ਏ ਏ ਬੀ ਬੀ ਸੀ ਸੀ ਇਹ ਅੱਗੇ ਪ੍ਰੋਸੀਡੋਗੇ ਕੋਈ ਪ੍ਰੋਡਕਟ ਦੇਗੀ ਇਹ ਜਿਹੜੇ ਮੋਰੇ ਕੋਫੀਸ਼ੀਐਂਟ ਹੈ ਪਾਵਰ ਸੇ ਚੱਲ ਜਾਂਦੇ ਵੀ ਧਿਆਨ ਰੱਖਣਾ ਠੀਕ ਹੈ ਸੋ ਇੱਥੇ ਇੱਕ ਡੈਫੀਨੇਸ਼ਨ ਇਹ ਵੀ ਲਿਖੀ ਹੈ ਕਿ ਰੇਟ ਆਫ ਜਿਹੜਾ ਕੈ ਇਰੈਕਟੈਂਟ ਐਟ ਐਨੀ ਪਾਰਟੀਕਲ ਟੈਂਪਰੇਚਰ ਪ੍ਰੋਪੋਰਸ਼ਨਲ ਟੂ ਪ੍ਰੋਡਕਟ ਦਾ ਹੈਗਾ ਮੋਲਰ ਕਨਸੈਂਟ੍ਰੇਸ਼ਨ ਦਾ ਬਟ ਹੁਣ ਕੀ ਹੋ ਜਾਣਾ ਹੈ ਟਰਮ ਰੇਸ ਟੂ देयर ਪਾਵਰ ਠੀਕ ਹੈ ਮੈਨੂੰ ਜਿਹੜੇ ਮੋਲਰ ਕੋਫੀਸ਼ੀਐਂਟ ਹੈਗੇ ਉਹਨਾਂ ਦੀ ਪਾਵਰਸ ਚਲੇ ਜਾਣਗੇ ਇੱਥੇ ਕੁਐਸਚਨ ਆਇਆ ਸੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਨਾਲ ਹੀ ਮਾਸਟਰ ਕਿਡ ਦਾ ਕੁਐਸਚਨ ਇੱਥੇ ਇੱਕ ਹੈਗਾ ਇਹ ਦੇਖੋ ਇਹਦੇ ਵਿੱਚ ਕੁਐਸਚਨ ਆਇਆ ਸੀ ਥਿਉਰੀ ਆਫ ਐਕਟਿਵ ਮਾਸ ਇੰਡੀਕੇਟ ਕਿ ਰੇਟ ਆਫ ਕੈਮੀਕਲ ਰਿਐਕਸ਼ਨ ਦਾ ਕਿ ਪ੍ਰੋਪੋਰਸ਼ਨਲ ਟੂ ਦੇਖੋ ਹੁਣ ਹੀ ਸਮਝਾਇਆ ਤੁਹਾਨੂੰ ਮੈਂ ਕੀ ਹੁੰਦਾ ਰੇਟ ਆਫ ਕਿਸੇ ਵੀ ਕੈਮੀਕਲ ਰਿਐਕਸ਼ਨ ਦਾ ਕਿਹੜੇ ਐਕਟਲੀ ਪੁੱਛਿਆ ਹੁੰਦਾ ਕਨਸੈਂਟ੍ਰੇਸ਼ਨ ਆਫ ਰਿਐਕਟੈਂਟ ਠੀਕ ਹੈ ਕਿਹਦੇ ਇਕੁਅਲ ਟੂ ਹੁੰਦਾ ਕਨਸੈਂਟ੍ਰੇਸ਼ਨ ਆਫ ਰਿਐਕਟੈਂਟ ਵੜੀ ਆਪਾਂ ਕੀਤਾ ਕੋਈ ਰਿਐਕਸ਼ਨ ਆ ਐਕਟਿਵ ਮਾਸ ਤੋਂ ਆਇਆ ਪ੍ਰੋਡਕਟ ਇਧਰ ਸਾਨੂੰ ਕੋਈ ਪ੍ਰੋਡਕਟ ਮਿਲਿਆ ਤੇ ਇਥੋਂ ਇਹਦਾ ਰੇਟ ਆਫ ਰਿਐਕਸ਼ਨ ਕੀ ਸੀਗਾ ਰੇਟ ਆਫ ਰਿਐਕਸ਼ਨ ਆ ਨੈਕਸਟ ਇਹ ਵਾਲੇ ਕੁਐਸਚਨ ਕੁਝ ਤਾਂ ਦੇ ਲਈ ਤੁਸੀਂ ਕੁਝ ਮੈਨੂੰ ਕੁਐਸਚਨ ਕਰਕੇ ਇੱਕ ਵਾਰ ਪਾਪ ਕਰਕੇ ਇਹਨਾਂ ਦੀ ਕਨਸੈਂਟ੍ਰੇਸ਼ਨ ਆਫ ਰਿਐਕਟੈਂਟ ਦੇ ਪ੍ਰੋਡਕਟ ਦੇ ਬਰਾਬਰ ਯਾਨੀ ਅਕੋਰਡਿੰਗ ਟੂ ਦਿਸ ਲਾ ਆਫ ਮਾਸ ਸੈਕਸ਼ਨ ਦਿਸ ਥਿਉਰੀ ਆਫ ਐਕਟਿਵ ਮਾਸ ਕੀ ਹੈ ਰੇਟ ਐਕਟਿਵ ਪ੍ਰੋਪੋਰਸ਼ਨਲ ਉਹ ਡਿਪੈਂਡ ਹੀ ਕਿਤੇ ਕਰਦਾ ਪਿਆ ਆ ਕਨਸੈਂਟ੍ਰੇਸ਼ਨ ਆਫ ਰਿਐਕਟੈਂਟ ਤੇ ਬਸ ਇਹ ਕੁਐਸਚਨ ਸੀ ਦੇਖੋ ਮਤਲਬ ਜਿਹੜੇ ਇੰਪੋਰਟੈਂਟ ਹੈ ਲਾ ਆਫ ਮਾਸ ਸੈਕਸ਼ਨ ਇਸ ਕਲਾਸ ਲਈ ਵੀ ਬਹੁਤ ਇੰਪੋਰਟੈਂਟ ਹੈ ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੰਪੋਰਟੈਂਟ ਹੈ ਜਿਹੜੀਆਂ ਚੀਜ਼ਾਂ ਹੁੰਆਂ ਚਾਹੀਏ ਕੁਐਸਚਨ ਪੁੱਟ ਕੀਤੇ ਜਾਂਦੇ ਆ ਕੁਝ ਜ਼ਿਆਦਾ ਵੀ ਡਿਫਿਕਲਟ ਨਹੀਂ ਕੁਐਸਚਨ ਹੈਗੇ ਜੋ ਇੰਪੋਰਟੈਂਟ ਹੈ ਕਿ ザ ਲਾ ਆਫ ਮਾਸ ਸੈਕਸ਼ਨ ਇੰਪੋਰਟੈਂਟ ਆ ਉਸ ਤੋਂ ਕੁਐਸਚਨ ਪੁੱਟ ਕੀਤਾ ਗਿਆ ਹੀ ਲੀਚਟੇਡ ਹੇਅਰ ਪ੍ਰਿੰਸੀਪਲ ਇੰਪੋਰਟੈਂਟ ਹੈਗਾ ਆ ਬਫਰ ਸੋਲੂਸ਼ਨਸ ਹੈਗੇ ਆ ਉਹਨਾਂ 'ਚ ਕੁਐਸਚਨ ਪੁੱਟ ਕੀਤੇ ਗਏ ਸੀ ਸੋ ਮੈਂ ਤੁਹਾਨੂੰ ਕਰਾਉਣਾ ਇੰਪੋਰਟੈਂਟ ਆ ਮੈਨੂੰ ਪਤਾ ਜਿਹੜੀਆਂ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਆ ਉਹੀ ਵਾਲੀਆਂ ਤੁਹਾਨੂੰ ਕਰਵਾਵਾਂਗੀ ਕਲੀਅਰ ਸੋ ਨੈਕਸਟ ਦੇਖ ਯੈਸ ਇਹ ਹੁਣ ਸਾਡੇ ਕੋਲ ਹੋ ਗਿਆ ਉਸ ਤੋਂ ਬਾਅਦ ਆਪਾਂ ਕਰਾਂਗੇ ਲਾ ਆਫ ਕੈਮੀਕਲ ਇਕੁਲਿਬ੍ਰੀਅਮ ਐਂਡ ਇਕੁਲਿਬ੍ਰੀਅਮ ਕਨਸਟੈਂਟ ਦੇਖੋ ਮੈਂ ਤੁਹਾਨੂੰ ਇਹਦਾ ਡਾਇਰੈਕਟ ਜਾਦ ਤੁਸੀਂ ਡਾਇਰੈਕਟ ਰਿਜ਼ਲਟ ਕਰਨਾ ਬਟ ਸਮਝਾ ਮੈਂ ਸਾਰਾ ਦਵਾਂਗੀ ਲੈਟਸ ਸੇ ਕੋਈ ਰਿਐਕਸ਼ਨ ਹੋਈ ਨਾ ਇਕੁਲਿਬ੍ਰੀਅਮ ਵਿੱਚ ਹੈਗਾ ਕੈਮੀਕਲ ਇਕੁਲਿਬ੍ਰੀਅਮ ਏ ਤੋਂ ਬੀ A+B ਰਿਐਕਟੈਂਟ ਹੈਗੇ ਨੇ ਉਹਨਾਂ ਨਾਲ ਸਾਨੂੰ ਦਿੱਤਾ ਪ੍ਰੋਡਕਟ C+D ਰਿਵਰਸੀਬਲ ਸ਼ੋ ਕਰਦਾ ਕਿ C+D ਤੋਂ ਵਾਪਸ A+B ਵੀ ਬਣ ਸਕਦਾ ਜੇ A+B ਤੋਂ C+D ਹੋਏਗੀ ਫਾਰਵਰਡ ਡਾਇਰੈਕਸ਼ਨ ਜੇ C+D ਤੋਂ ਵਾਪਸ A+B ਬਣੇਗਾ दैट इज ਬੈਕਵਰਡ ਰਿਐਕਸ਼ਨ ਤੇ ਤੁਹਾਨੂੰ ਪਤਾ ਹੈ ਇਕੁਇਲਿਬ੍ਰੀਅਮ ਦੇ ਕੇਸ ਚ ਫਾਰਵਰਡ ਡਾਇਰੈਕਸ਼ਨ ਰੇਟ ਆਫ ਫਾਰਵਰਡ ਇਕੁਅਲ ਟੂ ਰੇਟ ਆਫ ਬੈਕਵਰਡ ਹੁੰਦਾ ਹੈ ਨਾ ਬਸ ਇਹੀ ਚੀਜ਼ਾਂ ਦਾ ਯੂਜ਼ ਕਰਾਂਗੇ ਪਹਿਲਾ ਰਿਐਕਸ਼ਨ ਲਈ ਕੋਈ ਲਾਫ ਕੈਮੀਕਲ ਇਕੁਇਲਿਬ੍ਰੀਅਮ ਕਰਨ ਲਈ ਦੇਖੋ ਪਿਛਲੀ ਵਾਰੀ ਕੁਐਸਚਨ ਜਿਹੜਾ ਆ ਉਹ ਪੁੱਟ ਹੋਇਆ ਹੈ ਲਾਫ ਮਾਸ ਇਕੁ ਇੱਕ ਇਕੁਇਲਿਬ੍ਰੀਅਮ ਰਿਐਕਸ਼ਨ ਲੈ ਲਈ ਆਪਾਂ ਹਨਾ ਪਹਿਲਾਂ ਅਸੀਂ ਇੱਥੇ ਫੋਰਵਰਡ ਡਾਇਰੈਕਸ਼ਨ ਲੈ ਲਈ ਫੋਰਵਰਡ ਡਾਇਰੈਕਸ਼ਨ ਕਿਹੜੀ ਹੈ ਦੇ ਵਿੱਚੋਂ A+B ਦੇ ਰਿਹਾ ਸਾਨੂੰ C+D ਤੇ ਬੈਕਵਰਡ ਡਾਇਰੈਕਸ਼ਨ ਕਿਹੜੀ ਹੈ ਜੋ C+D ਵਾਪਸ ਸਾਨੂੰ ਕੀ ਦੇ ਰਿਹਾ A+B ਸੋ ਪਹਿਲਾਂ ਅਸੀਂ ਇੱਥੇ ਲਾਫ ਮਾਸ ਇਕਸ਼ਨ ਅਪਲਾਈ ਕਰ ਦੇਵਾਂਗੇ ਲਾਫ ਮਾਸ ਇਕਸ਼ਨ ਕੀ ਕਹਿੰਦਾ ਰੇਟ ਕੀ ਹੁੰਦਾ ਡਾਇਰੈਕਟਲੀ ਪੋਰਸ਼ਨਲ ਟੂ ਕਨਸੈਂਟ੍ਰੇਸ਼ਨ ਆਫ ਰੈਕਟੈਂਟ ਕਰ ਦਿੱਤਾ ਬੈਕਵਰਡ ਲਈ ਰੈਕਟੈਂਟ ਕੌਣ ਬਣ ਗਏ C+D ਸੋ ਇਹਦੇ ਵਿੱਚ ਰੇਟ ਆਫ ਬੈਕਵਰਡ ਡਾਇਰੈਕਸ਼ਨ ਕੀ ਹੋ ਗਿਆ ਡਾਇਰੈਕਟਲੀ ਪੋਰਸ਼ਨਲ ਟੂ C+ ਮਤ ਸੋ ਇਹਦੇ ਪਹਿਲਾਂ ਰੈਕਸ਼ਨ ਪਤਾ ਹੋਣਾ ਚਾਹੀਦੀ ਹੈ ਫਾਰਵਰਡ ਡਾਇਰੈਕਸ਼ਨ ਹੈ ਇਹ ਬੈਕਵਰਡ ਡਾਇਰੈਕਸ਼ਨ ਇਹ ਦੋਨੀਆਂ ਲਿਖ ਲਈਆਂ ਰੇਟ ਨਿਕਲ ਗਏ ਦੋਨਾਂ ਲਈ ਠੀਕ ਹੈ ਪ੍ਰੋਪੋਰਸ਼ਨਲ ਹੀ ਟਾ ਕੇ ਬਰਾਬਰ ਤੇ ਕਨਸਟੈਂਟ ਆਂਦਾ ਇੱਥੇ ਫਾਰਵਰਡ ਸੀ ਕੇ ਐਫ ਆ ਗਿਆ ਇੱਥੇ ਕੇ ਵੀ ਆ ਗਿਆ ਬਟ ਸਾਨੂੰ ਤਾਂ ਪਤਾ ਇਕੁਇਲਿਬ੍ਰੀਅਮ ਤੇ ਰੇਟ ਆਫ ਫਾਰਵਰਡ ਡਾਇਰੈਕਸ਼ਨ ਇਕੁਅਲ ਟੂ ਕੀ ਹੁੰਦਾ ਰੇਟ ਆਫ ਬੈਕਵਰਡ ਡਾਇਰੈਕਸ਼ਨ ਪਤਾ ਹੈ ਨਾ ਕਿਉਂਕਿ ਜਦੋਂ ਵੀ ਇਕੁਇਲਿਬ੍ਰੀਅਮ ਹੋਏਗਾ ਰੇਟ ਆਫ ਫਾਰਵਰਡ ਕੀ ਦੀ ਇਕੁਅਲ ਟੂ ਹੋ ਜਾਏਗਾ ਰੇਟ ਆਫ ਬੈਕਵਰਡ ਸਿਰ ਫਾਰਵਰਡ ਦਾ ਰੇਟ ਕੀ ਸੀ ਇਹ ਸੀ ਠੀਕ ਹੈ ਥਿਸ ਇਸ ਕਾਲਡ ਇਕੁਲੀਬਰੀਅਮ ਕਨਸਟੈਂਟ ਹੁਣ ਇੱਥੋਂ ਦੇਖੋ ਤੁਹਾਨੂੰ ਕੀ ਪਤਾ ਚੱਲਿਆ ਰਿਐਕਸ਼ਨ ਕਿਸੇ ਜਦੋਂ ਵੀ ਕੋਈ ਤੁਹਾਡੇ ਕੋਈ ਇਕੁਲੀਬਰੀਅਮ ਰਿਐਕਸ਼ਨ ਹੈਗੀ ਥਿਸ ਇਸ ਦਾ ਇਕੁਲੀਬਰੀਅਮ ਰਿਐਕਸ਼ਨ ਕਿਸੇ ਵੀ ਇਕੁਲੀਬਰੀਅਮ ਰਿਐਕਸ਼ਨ ਲਈ ਜਿਹੜਾ ਇਹ ਇਕੁਲੀਬਰੀਅਮ ਕਨਸਟੈਂਟ ਹੈ ਉਹ ਕੀ ਦੇ ਇਕੁਅਲ ਟੂ ਹੋਏਗਾ ਉੱਪਰ ਆਏਗਾ ਪ੍ਰੋਡਕਟ ਆਫ ਕਨਸੈਂਟ੍ਰੇਸ਼ਨ ਆਫ ਪ੍ਰੋਡਕਟ ਮਤਲਬ ਉੱਪਰ ਜਿਹੜੇ ਪ੍ਰੋਡਕਟ ਦੀ ਕਨਸੈਂਟ੍ਰੇਸ਼ਨ ਉਹਨਾਂ ਦੀ ਮਲਟੀਪਲਾਈ ਹੋਗੀ ਨੀਚੇ ਕਨਸੈਂਟ੍ਰੇਸ਼ਨ ਜਿਹੜੀ ਰਿਐਕਟੈਂਟ ਆ ਉਹਨਾਂ ਦੀ ਮਲਟੀਪਲਾਈ ਹੋਏਗੀ ਇਹੀ ਇਹਦੀ ਅੱਗੇ ਡੈਫੀਨੇਸ਼ਨ ਇਹ ਦੇਖੋ ਅੱਗੇ ਡੈਫੀਨੇਸ਼ਨ ਇਹਦੀ ਵੀ ਇੱਥੇ ਹੈ ਇਹ ਵਾਲੀ ਦਿੱਤੀ ਹੋਈ ਹੈ ਨੈਕਸਟ ਦੇਖੋ ਸਾਡੇ ਕੋਲ ਜਿਹੜਾ ਇਹ ਆ ਗਿਆ ਹੁਣ K CD AB ਹੈ ਨਾ ਹੁਣ ਇਹਦੀ ਆਪਾਂ ਦੇਖਦੇ ਇੱਥੇ ਲਿਖਿਆ ਤਾਂ ਕਨਸੈਂਟ੍ਰੇਸ਼ਨ ਰੇਸ਼ਿਓ ਯਾਨੀ ਰੇਸ਼ਿਓ ਆਫ ਪ੍ਰੋਡਕਟ ਆਫ ਕਨਸੈਂਟ੍ਰੇਸ਼ਨ ਆਫ ਪ੍ਰੋਡਕਟ ਟੂ ਦੀ ਥੈਟ ਆਫ ਰਿਐਕਟੈਂਟ ਮਤਲਬ ਕਿ ਇਹ ਜਿਹੜੇ ਪ੍ਰੋਡਕਟ C ਤੇ D ਸਾਡੇ ਕੋਲ ਕੀ ਸੀ ਪ੍ਰੋਡਕਟ ਇਹਨਾਂ ਦਾ ਉੱਪਰ ਕਨਸੈਂਟ੍ਰੇਸ਼ਨ ਦਾ ਪ੍ਰੋਡਕਟ ਉਹਦੀ ਰੇਸ਼ਿਓ ਕਿ ਇਹਦੇ ਨਾਲ ਆ प्रोडक्ट ऑफ कंसंट्रेशन ऑफ रिएक्टेंट प्रोडक्ट ऑफ मतलब गुणा मतलब इन दी मल्टीप्लाई इथे प्रोडक्ट ਦਾ ਮਤਲਬ ਇਹ ਹੈ ਕਿ ਮਲਟੀਪਲਾਈ ਇਹਨਾਂ ਦੀ ਮਲਟੀਪਲਾਈ ਬੋਲਦੇ ਨੇ ਉੱਪਰ ਮਲਟੀਪਲਾਈ ਹੋਈ ਆ ਪ੍ਰੋਡਕਟ ਦੀ कंसंट्रेशन ਦੀ ਨੀਚੇ ਮਲਟੀਪਲਾਈ ਹੋਈ ਆ कंसंट्रेशन ऑफ रिएक्टेंट ਦੀ ਸੋ ਇਹਦੀ ਜਿਹੜੀ ਰੇਸ਼ਿਓ ਆ ਇਹੀ ਵਾਲੀ ਰੇਸ਼ਿਓ ਨੂੰ ਆਪਾਂ ਬੋਲਦੇ ਆ ਇਥੇ ਕਨਸੈਂਟ੍ਰੇਸ਼ਨ ਕੋਸ਼ੈਂਟ ਕਨਸੈਂਟਰੇਸ਼ਨ ਕੁਐਸ਼ੈਂਟ ਕਿਉ ਕਨਸੈਂਟਰੇਸ਼ਨ ਕੁਐਸ਼ੈਂਟ ਕਿਉ ਕੀ ਹੈਗੀ ਇਹ ਕਨਸੈਂਟਰੇਸ਼ਨ ਦੀ ਰੇਸ਼ੋ ਆ ਕਿਹਦੀ ਕਨਸੈਂਟਰੇਸ਼ਨ ਉੱਪਰ ਪ੍ਰੋਡਕਟ ਆਫ ਕਨਸੈਂਟਰੇਸ਼ਨ ਆਫ ਪ੍ਰੋਡਕਟ ਮਤਲਬ ਜਿਹੜੇ ਪ੍ਰੋਡਕਟ ਸੀਗੇ ਸੀ ਤੇ ਡੀ ਉਹਨਾਂ ਦੀ ਕਨਸੈਂਟਰੇਸ਼ਨ ਦਾ ਆਪਸ ਚ ਪ੍ਰੋਡਕਟ ਨੀਚੇ ਜਿਹੜੇ ਰਿਐਕਟੈਂਟ ਆ ਟੂ ਡੈਥ ਆਫ ਰਿਐਕਟੈਂਟ ਰਿਐਕਟੈਂਟ ਦੀ ਕਨਸੈਂਟਰੇਸ਼ਨ ਦਾ ਆਪਸ ਚ ਪ੍ਰੋਡਕਟ ਸੋ ਇਹਨੂੰ ਆਪਾਂ ਬੋਲਦੇ ਕਿਉ ਇਹੀ ਅੱਗੇ ਨੇ ਲਿਖਿਆ ਹੋਇਆ ਹੈ ਕਨਸੈਂਟਰੇਸ਼ਨ ਕੁਐਸ਼ਨਟ ਕਿਉ ਥੈਟ ਇਜ਼ ਸੀ ਡੀ ਦੀ ਕਨਸੈਂਟਰੇਸ਼ਨ ਅਪਨ ਏ ਬੀ ਇਟ ਮੇ ਬੀ ਨੋਟਿਡ ਥੈਟ ਕਿਊ ਬਿਕਮ ਇਕੁਅਲ ਟੂ ਇਕੁਇਲਿਬਰੀਅਮ ਕਨਸਟੈਂਟ ਕੇ ਵੈਨ ਦਾ ਰਿਐਕਸ਼ਨ ਇਜ਼ ਐਟ ਦੀ ਇਕੁਇਲਿਬਰੀਅਮ ਸਟੇਟ ਜਦੋਂ ਵੀ ਇਕੁਇਲਿਬਰੀਅਮ ਸਟੇਟ ਤੇ ਰਿਐਕਸ਼ਨ ਹੋਏਗੀ ਦਿਸ ਕਿਊ ਇਜ਼ ਇਕੁਅਲ ਟੂ ਕੀ ਹੋਏਗਾ ਕੇ ਹੋਏਗਾ ਇਹ ਯਾਦ ਰੱਖਣਾ ਇੰਪੋਰਟੈਂਟ ਹੈਗਾ ਠੀਕ ਹੈ ਫਾਰ ਅ ਜਨਰਲ ਰਿਐਕਸ਼ਨ ਕੋਈ ਵੀ ਜਨਰਲ ਰਿਐਕਸ਼ਨ ਲਈਓ ਨੇ ਉਹਦੇ ਵਿੱਚ ਨਾ ਉਹਨੇ ਲਿਖਿਆ ਹੋਇਆ ਇਹੀ ਵਾਲਾ A A B B, B C C plus D D ਹੁਣ A ਤੇ B C D ਕੀ ਹੈ ਦੇ ਮੋਲਸ ਹੋ ਸਕਦੇ 1 ਮੋਲ ਇੱਥੇ 1 2 ਇਹ ਇੰਟੀਜਰ ਹੋਣਗੇ ਕੋਈ ਨਾ ਕੋਈ ਠੀਕ ਹੈ ਕੋਈ ਵੈਲਿਊ ਹੋਏਗੀ 1 2 3 4 ਸਮਥਿੰਗ ਤੇ ਅਸੀਂ ਲਾਫ ਮਾ ਸੈਕਸ਼ਨ 'ਚ ਵੀ ਦੇਖਿਆ ਉਹ ਪਾਵਰ 'ਚ ਚੱਲੇ ਜਾਂਦੇ ਹਨ ਮਤਲਬ ਜਿੱਦਾਂ a ਵਾਲਾ a ਦੀ ਪਾਵਰ 'ਚ ਚਲਾ ਜਾਏਗਾ b ਵਾਲਾ b ਦੀ ਪਾਵਰ ਚਲਾ ਜਾਏਗਾ c ਵਾਲਾ c ਦੀ ਪਾਵਰ ਚ d ਵਾਲਾ d ਦੀ ਪਾਵਰ 'ਚ ਚਲੇ ਜਾਏਗਾ ਸੋ ਰੈਕ ਬਾਕੀ ਸਭ ਕੁਝ ਸੇਮ ਰਹੇਗਾ ਕਿ ਆਪਾਂ ਫਾਈਂਡ ਤਾਂ ਇੱਦੀ ਕਰਦੇ ਆ ਕੈਮੀਕਲ ਇਕੁਇਲਿਬਰੀਅਮ ਫਾਈਂਡ ਤਾਂ ਇੱਦੀ ਕਰਦੇ ਆ ਬਸ ਉਹਦੀਆਂ ਪਾਵਰਸ ਜਿਹੜੀਆਂ ਜਿੱਦਾਂ ਐਗਜ਼ਾਮਪਲ ਦੇਖੋ ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ h2 i2 ਹੁਣ ਆਪਾਂ ਹੋਣੀ ਕਿ ਤੇ ਇਕੁਇਲਿਬਰੀਅਮ ਕਨਸਟੈਂਟ ਜਿਹੜਾ ਹੁੰਦਾ ਉਕੇ ਸੀ ਹੁਣ ਕਨਸੈਂਟ੍ਰੇਸ਼ਨ ਦਾ ਮਤਲਬ ਕੇ ਸੀ 3 ਪਰਸੈਂਟ ਕਿਹਾ ਕਨਸੈਂਟ੍ਰੇਸ਼ਨ ਲਈ ਕਿ ਪਹਿਲਾ ਉੱਪਰ ਪ੍ਰੋਡਕਟ ਆਣਾ ਪ੍ਰੋਡਕਟ ਕੀ ਐਚ ਆਈ ਉਹਦਾ ਹੁਣ ਜਿਹੜਾ ਕੋਫੀਸ਼ੀਐਂਟ ਸੀਗਾ ਉਹ ਪਾਵਰ ਚ ਲੱਗ ਗਿਆ ਦੇਖ ਲਓ 2 2 ਉੱਪਰ ਪਾਵਰ ਚ ਲੱਗ ਗਿਆ ਨੀਚੇ ਰਿਐਕਟੈਂਟ ਦੀ ਕਨਸੈਂਟ੍ਰੇਸ਼ਨ ਐਚ 2 ਤੇ ਆਈ 2 ਕਲੀਅਰ नैक्सट हैगा लिबरम कॉन्सटेंट इन गैशियस फेस बस यही फर्क है जो सिंपल फॉर्म दूसरे गैशियस फॉर्म तो लावा लेने आप कॉन्सनट्रेशन टर्म लवेंगे जो आप गैशियस फॉर्म की गल कर उदो प्रैशर की गल करेंगे इतने आपको के पी लिया ठीक है बाकी सारा सेम होएगा बस कॉन्सनट्रेशन की जगह इतने प्रैशर यूज़ करोगे पहला प्रोडक्ट द आ जाएगा जराफिशियंट है पावर चला जाएगा प्रैशर ऑफ डी उपर जो कॉफिशियंट पावर चला जाएगा नीचे रिएक्टेंट ਠੀਕ ਹੈ ਸੋ ਇਹ ਪਾਰਸ਼ਲ ਪ੍ਰੈਸ਼ਰ ਹੈਗੇ ਨੇ ਪੀਏ ਪੀਬੀ ਪੀਸੀ ਪੀਡੀ ਇਹ ਪਾਰਸ਼ਲ ਪ੍ਰੈਸ਼ਰ ਹੈਗੇ ਨੇ ਏ ਬੀ ਸੀ ਡੀ ਦੇ ਠੀਕ ਹੈ ਤੇ ਇੱਕ ਹੋਰ ਗੱਲ ਯਾਦ ਰੱਖਣੀ ਕੇ ਪੀ ਇਸ ਨਾਟ ਆਲਵੇਸ ਇਕੁਅਲ ਟੂ ਕੇਸੀ ਇਹ ਵੀ ਆਪਾਂ ਰਿਲੇਸ਼ਨ ਕਰਨਾ ਕੇ ਪੀ ਤੇ ਕੇਸੀ ਦਾ ਬਹੁਤ ਇੰਪੋਰਟੈਂਟ ਹੈ ਵੈਰੀ ਇੰਪੋਰਟੈਂਟ ਹੋ ਸਕਦਾ ਇਸ ਵਾਰੀ ਪੇਪਰ ਚ ਇਹੀ ਪੁੱਛਿਆ ਜਾਵੇ ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਲਾਫ ਮਾਸ ਸੈਕਸ਼ਨ ਤੋਂ ਬਾਅਦ ਰਿਲੇਸ਼ਨ ਬੀਟਵੀਨ ਕੇਪੀ ਐਂਡ ਕੇਸੀ ਵੈਸਤਾ ਤੁਸੀਂ ਡਾਇਰੈਕਟ ਯਾਦ ਰੱਖਣਾ ਇਹਦਾ ਰਿਲੇਸ਼ਨ ਹੁੰਦਾ ਜੋ ਕੇਪੀ ਦਾ ਕੇਸੀ ਦਾ ਉਹ ਡਾਇਰੈਕਟ ਯਾਦ ਰੱਖਣਾ ਦਿਸ ਇਜ਼ ਦਾ ਰਿਲੇਸ਼ਨ ਮੈਂ ਤੁ ਤਿਕ ਸਿੱਧਾ ਰਿਲੇਸ਼ਨ ਯਾਦ ਕਰਨਾ ਉਹ ਤੇ ਰਿਲੇਸ਼ਨ ਯਾਦ ਕਰ ਲਿਓ kp kc rt ਦੀ ਪਾਵਰ ਡੈਲਟਾ n ਠੀਕ ਹੈ ਤੇ ਉਹ ਮੈਂ ਪੂਰੀ ਡੈਰੀਵੇਸ਼ਨ ਵੀ ਬਟ ਕਰਾਉਣੀ ਹੈ ਕਿਉਂਕਿ ਬਹੁਤ ਜ਼ਿਆਦਾ ਈਜ਼ੀ ਹੈਗੀ ਕੋਈ ਔਖਾ ਨਹੀਂ ਹੈਗਾ ਪਹਿਲਾਂ ਇਹ ਕੋਈ ਰੈਕਸ਼ਨ ਵਾਲੀ ਇਕੁਇਲਿਬਰੀਅਮ ਰੈਕਸ਼ਨ kc ਲਿਖ ਲਿਆ ਉਹ ਲਈ kc ਤੁਹਾਨੂੰ ਲਿਖਣਾ ਨਹੀਂ ਦੱਸਿਆ ਮੈਂ ਉੱਪਰ ਉੱਪਰ ਪ੍ਰੋਡਕਟ ਦੀ ਕਨਸੈਂਟ੍ਰੇਸ਼ਨ ਰਹੇਗੀ نیچے ਰਿਐਕਟੈਂਟ ਦੀ ਤੇ ਜਿਹੜੇ ਕੋਫੀਸ਼ੀਐਂਟਸ ਆਉ ਪਾਵਰਸ ਚਲੇ ਜਾਣਗੇ ਇਹਦੀ ਕੇਪੀ ਮਤਲਬ ਪ੍ਰੈਸ਼ਰ ਦੀ ਟਰਮ ਚ ਲਿਖ ਲਾਂਗੇ ਲਿਖ ਲਿਆ ਹੁਣ ਸਾਨੂੰ ਆਈਡਲ ਗੈਸ ਇਕੁਏਸ਼ਨ ਸਾਰਿਆਂ ਨੂੰ ਪਤਾ ਹੋਣੀ ਪੀ ਵੀ ਇਸ ਇਕੁਅਲ ਟੂ ਐਨ ਆਰਟੀ ਹੈਨਾ ਇਹ ਪੀ ਵੀ ਇਸ ਇਕੁਅਲ ਟੂ ਐਨ ਆਰਟੀ ਥਿਸ ਇਸ ਦਾ ਆਈਡਲ ਗੈਸ ਇਕੁਏਸ਼ਨ ਜੇ ਮੈਂ ਇਹੀ ਇਕੁਏਸ਼ਨ ਦਾ ਯੂਜ਼ ਕਰਾਂ P اگے n vrt ਹੁਣ ਕਨਸੈਂਟ੍ਰੇਸ਼ਨ ਕੀ ਹੁੰਦੀ ਐ n upon v ਹੁੰਦੀ ਐ ਨੰਬਰ ਆਫ ਮੋਲ ਪਰ ਯੂਨਿਟ ਵੋਲਿਊਮ ਸੋ ਦੀ ਜਗ੍ਹਾ ਮੈਂ c ਲਿਖ ਸਕਦੀ ਕਿ ਨਹੀਂ ਯਾਨੀ p to crt ਆ ਸਕਦਾ ਕਿ ਨਹੀਂ c ਇਸ ਦਾ ਕਨਸੈਂਟ੍ਰੇਸ਼ਨ ਹੁਣ ਜੇ ਮੈਂ a ਦਾ ਪ੍ਰੈਸ਼ਰ ਪਤਾ ਕਰਾਂਗੀ ਇੱਥੇ a ਦੀ ਕਨਸੈਂਟ੍ਰੇਸ਼ਨ ਆ ਜਾਏਗੀ ਜੇ b ਦਾ ਪਤਾ ਕਰਾਂਗੀ ਇੱਥੇ b ਦੀ ਜੇ c ਦਾ ਇੱਥੇ c ਦੀ ਆ ਜਾਏਗੀ ਦੇਖੋ ਇੱਦਾਂ ਕੀਤਾ a ਲਈ ਇੱਥੇ ਕਨਸੈਂਟ੍ਰੇਸ਼ਨ a ਦੀ ਆ ਗਈ ਨਾਲ rt b ਲਈ b ਦੀ c ਲਈ c ਲਈ d ਦੀ d ਲਈ ਹੁਣ pa pb pc ਸਾਰੀਆਂ ਵੈਲਿਊਜ਼ ਨਿਕਲ ਗਈਆਂ ਇਸ ਇਕੁਏਸ਼ਨ ਚ ਪੁੱਟ ਕਰਨੀਆਂ ਤੁਸੀ ਇਹ ਵਾਲੀ this equation is equation pc di value ki aa jayegi crt theek hai sare di upar power kiya hai c pd di value ki aa jayegi drt sare di power upar kiya jayega d edi same a te b di value put karoge a rt power a sare di aa jayegi edi b le sare put karoge te dekho put kita bhi hai ye dekho kp ch value put karte c di jagah c di concentration pc di jagah ਪੀ ਦੀ ਜਗ੍ਹਾ ਪੀ ਦੀ ਪੀੜੀ ਦੀ ਵੈਲਿਊ ਸਾਇਆਂ ਪੀ ਸੀ ਪੀ ਬੀ ਪੀ ਡੀ ਸਾਰਿਆਂ ਦੀ ਵੈਲਿਊਜ਼ ਪੁੱਟ ਕਾ ਦਿੱਤੀਆਂ ਸਾਰਿਆਂ ਦੀ ਪਾਵਰ ਨਾਲ ਲਿਖ ਲਈਆਂ ਹੁਣ ਸੀ ਦੀ ਪਾਵਰ ਸੀ ਡੀ ਦੀ ਪਾਵਰ ਡੀ ਏ ਦੀ ਪਾਵਰ ਏ ਬੀ ਦੀ ਪਾਵਰ ਬੀ ਅਲੱਗ ਲਿਖ ਲਿਆ ਤੇ ਆਰਟੀ ਵਾਲੇ ਇੱਕ ਜਗ੍ਹਾ ਇਕੱਠੇ ਕਰ ਲੈ ਬੇਸੀ ਸੀ ਹੁਣ ਪਾਵਰਸ ਐਡ ਹੋ ਜਾਂਦੀਆਂ ਨਾ ਉੱਪਰ ਆਰਟੀ ਆਰਟੀ ਆ ਥੋੜਾ ਜ਼ੂਮ ਕਰਕੇ ਦਿਖਾਉਂਦੀ ਹਾਂ ਦੇਖੋ ਆਰਟੀ ਆਰਟੀ ਪਾਵਰ ਇੱਥੇ ਸੀ ਤੇ ਪਲੱਸ ਡੀ ਠੀਕ ਹੈ ਇੱਥੇ ਦੇਖ ਲਓ ਪਹਿਲਾਂ ਫਿਰ ਆਰਟੀ ਆਰਟੀ ਬੇਸਿਸ 'ਚ ਮਾ ਪਾਵਰ ਕੀ ਹੋਗੀ A+B ਇਹ ਅਲੱਗ ਕਰ ਲਿਆ ਯਾਦ ਹੋਵੇ ਤਾਂ ਇਹ ਕੀ ਚੀਜ਼ ਸੀਗੀ ਕੇਪੀ ਸੀਗਾ ਨਾ ਕੇ ਸੌਰੀ ਕੇਸੀ ਜਦੋਂ ਆਪਾਂ ਸਟਾਰਟਿੰਗ 'ਚ ਕੇਸੀ ਕਨਸੈਂਟ੍ਰੇਸ਼ਨ ਲਿਖੀ ਸੀਗੀ ਜਿਹੜੇ ਰੈਐਕਸ਼ਨ ਸੀ ਸਾਡੇ ਕੋਲ A+B ਇਕੁਇਲਿਬ੍ਰੀਅਮ 'ਚ C+D ਜਿਹਦੇ ਲਈ ਤੁਹਾਨੂੰ ਲੈਟਸ ਸੇ ਕੋਫੀਸ਼ੀਐਂਟ ਹੈਗਾ ਦਾ A ਇਹਦਾ ਕੋਫੀਸ਼ੀਐਂਟ B ਇਹਦਾ ਕੋਫੀਸ਼ੀਐਂਟ C ਇਹਦਾ ਕੋਫੀਸ਼ੀਐਂਟ স্মਾਲ D ਇਹਦੇ ਲਈ ਜੇ ਮੈਂ ਤੁਹਾਨੂੰ ਕੇਸੀ ਦੀ ਵੈਲਿਊ ਲਿਖਣ ਲਈ ਕਹਾਂ ਉਹ ਕੀ ਹੋਊਗੀ ਕਨਸੈਂਟ੍ਰੇਸ਼ਨ ਉੱਪਰ ਪ੍ਰੋਡਕਟ ਦੀ نیچے ਕਨਸੈਂਟ੍ਰੇਸ਼ਨ ਰੈਐਕਟੈਂਡ ਦੀ ਇਹੀ ਹੋਊਗਾ ਤੇ ਪਾਵਰ ਉਹਦੇ ਉੱਪਰ ਚਲੀ ਜਾਂਣਗੀ ਤੇ ਦੇਖੋ ਇਹੀ ਚੀਜ਼ ਬਣ ਗਈ ਆ ਵਾਲੀ ਚੀਜ਼ ਹੈ ਕਿ ਨਹੀਂ ਇਹ ਕੇਸੀ ਬਣ ਗਿਆ ਨਾ ਸਿਰ ਜਗ੍ਹਾ ਮੈਂ ਕੀ ਪੁੱਟ ਕਰ ਸਕਦੀ ਆ ਕੇਸੀ ਪੁੱਟ ਕਰ ਸਕਦੀ ਆ ਪੁੱਟ ਵੀ ਕੀਤਾ ਹੋਇਆ ਨੇ ਤੇ ਇਹ ਦੇਖੋ ਹੁਣ ਬੇਸਿਕ ਸੀਮ ਇਹ ਪਾਵਰ ਉੱਪਰ ਜਾ ਕੇ ਮਾਈਨਸ ਹੋ ਜਾਏਗੀ a+b c+d e-b ਹੁਣ ਇਹ ਕੀ ਚੀਜ਼ ਆ ਗਈ ਦੇਖੋ ਸਾਡੀ ਕੋ ਰਿਐਕਸ਼ਨ ਕੀ ਸੀਗੀ a b ਦਿਸ ਇਹ ਵਾਲੀ ਰਿਐਕਸ਼ਨ ਸੀ ਇਹ ਜਿਹੜੇ A ਤੇ B ਸੀਗੇ A B ਇਹ ਨੰਬਰ ਆਫ ਮੋਲਸ ਕਿਹਦੇ ਸੀਗੇ ਰਿਐਕਟੈਂਟ ਦੇ ਜਿਹੜੇ C plus D ਸੀਗੇ ਕਿਹਦੇ ਨੰਬਰ ਆਫ ਮੋਲ ਸੀਗੇ ਪ੍ਰੋਡਕਟ ਦੇ ਯਾਨੀ ਕਿ ਇੱਥੇ ਕੀ ਹੋਇਆ ਇਹ ਨੰਬਰ ਆਫ ਮੋਲਸ ਹੈਗੇ ਨੇ ਇਹ n ਨੰਬਰ ਆਫ ਮੋਲਸ ਹੈਗੇ ਨੇ ਰਿਐਕਟੈਂਟ ਦੇ ਇਹ ਨੰਬਰ ਆਫ ਮੋਲਸ ਹੈਗੇ ਨੇ ਪ੍ਰੋਡਕਟ ਦੇ ਯਾਨੀ ਇੱਥੇ ਕੀ ਹੋਇਆ C D B ਯਾਨੀ ਨੰਬਰ ਆਫ ਮੋਲਸ ਪ੍ਰੋਡਕਟ ਦੇ ਮਾਈਨਸ ਨੰਬਰ ਆਫ ਮੋਲਸ ਕੀ ਹੋ ਗਏ ਰਿਐਕਟੈਂਟ ਦੇ ਯਾਨੀ ਇਹ ਸਾਡੇ ਕੋਲ ਕੀ ਆ ਡੈਲਟਾ n ਮਤਲਬ ਚੇਂਜ ਇਨ ਨੰਬਰ ਆਫ ਮੋਲਸ ਆ ਗਿਆ ਸਾਡੇ ਕੋਲ ਠੀਕ ਹੈ ਇਹ ਦੇਖੋ ਇੱਥੇ ਹੀ ਬਣੇਗਾ ਫਿਰ ਤੁਹਾਨੂੰ ਕਲੀ This is KC. RT ਦੀ ਪਾਵਰ C+D-ABC ਸੋ ਇਸ ਚੀਜ਼ ਨੂੰ ਕੀ ਲਿਖਤਾ ਡੈਲਟਾ ਐਂਡ ਡੈਲਟਾ ਐਂਡ ਕੀ ਹੈ ਚੇਂਜ ਇਨ ਦਾ ਨੰਬਰ ਆਫ ਮੋਲਸ ਠੀਕ ਹੈ ਸੋ ਜੋ ਗੈਸ਼ੀਅਸਲੀ ਇਥੇ ਐਂਟੀ ਲਗਾ ਦੇਵਾਂਗੇ ਆਪਾਂ ਲੇਟਸ ਤੁਸੀਂ ਇਹ ਵਾਲੇ ਕੁਐਸਚਨ ਕਰ ਲੈਣਾ ਇਸ ਲਈ ਤਾਂ ਕਿ ਕਲੀਅਰ ਹੋਣਾ ਚਾਹੀਦਾ ਹੈ ਇਹਨਾਂ ਨੂੰ ਇਹਦੇ ਨੋਟਸ ਵਗੈਰਾ ਪ੍ਰਪੇਅਰ ਕਰ ਲੈਣਾ ਇੰਪੋਰਟੈਂਟ ਹੈਗਾ ਕਿਉਂਕਿ ਨੈਕਸਟ ਜਿਹੜੇ ਉਹ ਵੀ ਕਾਫੀ ਇਹਦੇ ਤੇ ਬੇਸਡ ਹੋਣਗੇ ਐਟਲੀਸ ਤੁਹਾਨੂੰ ਫੈਕਟਰਸ ਵਗੈਰਾ ਜਿਹੜੇ ਸਾਰੇ ਇੱਕ ਵਾਰ ਰਿਟਨ ਟੈਕਟਿਕਸ ਕਰਨਾ ਨੋਟਸ ਸਟਾਰਟ ਕਰ ਲੈਣਾ ਜਿਹੜੀ ਵੀ ਵੀਡੀਓ ਕਰ ਲੈਂਦੇ ਹੋ ਲਾਈਕ ਐਂਡ ਕਮੈਂਟ ਜ਼ਰੂਰ ਕਰੋ ਥ ਇਲੈਕਸ਼ਨ ਲਈ ਜਾਂ ਤਾਂ ਨਾ ਡਾਇਰੈਕਟ ਰਿਲੇਸ਼ਨ ਆਏਗਾ ਤੁਹਾਨੂੰ ਪੇਪਰ 'ਚ ਵਟ ਇਜ਼ ਦਾ ਰਿਲੇਸ਼ਨ ਬੀਟਵੀਨ ਕੇਪੀ ਐਂਡ ਕੇਸੀ ਚਾਰ ਆਪਸ਼ਨ ਹੋਣਗੇ ਤੁਸੀਂ ਇਹ ਵਾਲਾ ਟਿਕ ਕਰਕੇ ਆਣਾ ਕੇਪੀ ਇਜ਼ ਇਕੁਅਲ ਟੂ ਕੇਸੀ ਆਰ ਟੀ ਪਾਵਰ ਡੈਲਟਾ ਐਨ ਜਾਂ ਉਹ ਇੱਕ ਰਿਐਕਸ਼ਨ ਦੇ ਦੇਗਾ ਉਹ ਲਈ ਪੁੱਛੇਗਾ ਵਿਚ ਆਫ ਦਾ ਫਾਲਿੰਗ ਰਿਲੇਸ਼ਨ ਇਜ਼ ਟਰੂ ਕੇਪੀ ਤੇ ਕੇਸੀ ਲਈ ਹੁਣ ਸਾਨੂੰ ਪਤਾ ਕੇਪੀ ਇਜ਼ ਇਕੁਅਲ ਟੂ ਕੇਸੀ ਆਰ ਟੀ ਪਾਵਰ ਡੈਲਟਾ ਐਨ ਹੁੰਦਾ ਸੀ ਡੈਲਟਾ ਐਨ ਕਰਨਾ ਡੈਲਟਾ ਐਨ ਕੀ ਹੁੰਦਾ ਸੀ ਪਲੱਸ ਡੀ ਮਾਈਨਸ ਆਫ ਏ ਪਲੱਸ ਬੀ ਏ ਪਲੱਸ ਬੀ ਕੀ ਰਿਐਕਟੈਂਟ ਦੇ ਰਿਐਕਟੈਂਟ ਦੇ ਮੋਲ ਕਿੰਨੇ ਆ ਦੇਖੋ ਇੱਕ ਮੋਲ ਇਹਦਾ ਆ ਤਿੰਨ ਮੋਲ ਇਹਦੇ ਆ ਚਾਰ ਇਹ ਹੋ ਗਏ ਠੀਕ ਹੈ ਤੇ ਪ੍ਰੋਡਕਟ ਦੇ ਦੇਖੋ ਪ੍ਰੋਡਕਟ ਦੇ ਕਿੰਨੇ ਹੈ ਹੀ ਦੋ ਆ ਬਸ 2 4 ਕਿੰਨਾ ਆ ਜਾਏਗਾ -2 ਆ ਜਾਏਗਾ ਸੋ ਉਹ ਹੀ ਪਾਵਰ ਚਲ ਗਿਆ ਡੈਲਟਾ n ਦੀ ਜਗ੍ਹਾ ਇਹਦੀ ਇਹ ਦੇਖੋ ਰੈਐਕਟੈਂਟ ਦੇ ਮੋਲ ਕਿੰਨੇ 21 ਮੋਲ ਇਹਦਾ 1 ਮੋਲ ਇਹਦਾ ਦੋ ਇਹ ਹੀ ਹੋਗੇ ਤੇ ਇਹਦੇ ਵੀ ਦੋ ਆ ਇੱਥੇ ਤਾਂ ਜ਼ੀਰੋ ਹੀ ਹੋਗੇ ਠੀਕ ਆ ਸੋ rti ਦੀ ਪਾਵਰ ਜ਼ੀਰੋ ਜਿਸੇ ਪਾਵਰ ਜ਼ੀਰੋ ਕਿੰਨਾ ਹੁੰਦਾ 1 ਸੋ ਇੱਥੇ kp ਇਸ ਇਕੁਅਲ ਟੂ ਕੀਆ ਗਿਆ kc ਆ ਗਿਆ ਠੀਕ ਹੈ ਯਾਨੀ kp ਇਸ ਇਕੁਅਲ ਟੂ kc ਉਦੋਂ ਹੀ ਆਣਾ ਹੈ ਜਦੋਂ ਨੰਬਰ ਆਫ ਮੋਲ ਦੋਨੇ ਪਾਸੇ ਸੇਮ ਆ ਠੀਕ ਆ ਅਦਰਵਾਈਜ਼ ਨਹੀਂ ਆਏਗਾ ਇੱਥੇ ਕੱਢ ਲਓ ਨੰਬਰ ਆਫ ਇਹਦਾ ਕਿੰਨਾ 2 3 ਨਾਲ 2 ਘਟਾਇਆ 1 ਜਾਂ ਨਹੀਂ ਕਿ ਇੱਕੋ ਹੀ ਮੁੱਲ ਆ ਗਿਆ ਸੋ ਡੈਲਟਾ n ਦੀ ਜਗ੍ਹਾ ਤੁਸੀਂ ਕੀ ਪੁੱਟ ਕਰ ਦੇਣਾ ਆ ਪਾਵਰ 1 ਠੀਕ ਹੈ ਇਟ ਮੇ ਬੀ ਨੋਟਿਡ ਦੈਟ ਵਾਈਲ ਦਾ ਵਾਈਲ ਕੈਲਕੂਲੇਟਿੰਗ ਦਾ ਵੈਲਿਊ ਆਫ kp ਐਂਡ kc ਔਰ ਵਾਈਸ ਵਰਸਾ ਦਾ ਯੂਨਿਟ ਆਫ ਆਰ ਮਸਟ ਬੀ ਯੂਜ਼ਡ ਕੇਅਰਫੁਲੀ ਇਹ ਅਸੀਂ ਦੁਆਰ ਦੇ ਯੂਨਿਟ ਜਿਹੜਾ ਨਾ ਆ ਰਿਹਾ ਇੱਥੇ ਹੈਗਾ ਸਾਡੇ ਕੋਲ ਗੈਸ ਕਨਸਟੈਂਟ ਹੈ ਠੀਕ ਹੈ ਇਹ ਜਿਹੜੇ ਆਪਾਂ ਕੇਅਰਫੁਲੀ ਯੂਨਿਟਸ ਲੈਣੇ ਹੁੰਦੇ 10 ਦਾ ਨਿਯਮ ਹੈ ਤੁਹਾਨੂੰ ਇੱਥੇ ਜੇ ਤਾਂ ਪਾਰਸ਼ੀਅਲ ਪ੍ਰੈਸ਼ਰ ਟੇਕਨ ਮਤਲਬ ਪ੍ਰੈਸ਼ਰ ਤੁਸੀਂ ਲੈਣੀ ਐਟਮੋਸਫੀਅਰ 'ਚ ਤਾਂ ਵੈਲਿਊ ਦੀ ਆਰ ਆਰ ਦੀ ਵੈਲਿਊ ਲੈਣੀ ਆ 0.821 ਇਨ ਕੇਸ ਨੰਮੈਰਿਕਲ ਆਣਗੇ ਤੁਹਾਨੂੰ ਉੱਥੇ ਜ਼ਿਆਦਾ ਹੁਣ ਕਲੀਅਰ ਨੰਮੈਰਿਕਲ ਕਰਵਾਉਣੇ ਵੈ ਜੇ ਤੁਹਾਨੂੰ ਜਿਹੜਾ ਪ੍ਰੈਸ਼ਰ ਆ ਬਾਰਸ ਦੇ ਵਿੱਚ ਲਿਆ ਫਿਰ ਤੁਸੀਂ ਟੈਂਪਰੇਚਰ ਜਿਹੜਾ ਹੈ ਉਹ ਹਮੇਸ਼ਾ ਤੁਸੀਂ ਜਿਹੜਾ ਆ ਉਹ ਡਿਗਰੀ ਕੈਲਵਿਨ ਦੇ ਵਿੱਚ ਹੀ ਲਓਗੇ ਠੀਕ ਹੈ ਯੂਜ਼ਡ ਇਨ ਡਿਗਰੀ ਕੈਲਵਿਨ ਵੀ ਹੈਵ ਸੀਨ ਇਨ ਯੂਨਿਟ 1 ਦਾ ਪਾਸਕ ਇਹ ਤੁਹਾਨੂੰ ਵੈਲਿਊਜ਼ ਦਿੱਤੀਆਂ ਇਹ ਰਿਲੇਸ਼ਨ ਹੈ ਠੀਕ ਹੈ ਕੱਲਾ ਵੀ ਤੁਹਾਨੂੰ ਪਤਾ ਹੋਣਾ ਹੈ ਇੱਕ ਬਾਅਦ ਟੈਂਸਪਰ 5 ਪਾਸਕਲ ਹੁੰਦੇ ਹੈਗੇ ਨੇ ਨੈਕਸਟ ਦੇਖੋ ਯੂਜ਼ਸ ਹੈਗੇ ਨੇ ਉਸ ਤੋਂ ਬਾਅਦ ਅਸੀਂ ਇਹਦੇ ਨਿਊਮੈਰੀਕਲ ਵੀ ਦੇਖਨੇ ਆ ਤਾਂ ਤੁਹਾਨੂੰ ਆ ਸਾਰੀ ਚੀਜ਼ਾ ਦੁਆਰਾ ਕਲੀਅਰ ਹੋ ਜਾਣੀ ਠੀਕ ਹੈ ਕੋਈ ਸ਼ੱਕ ਨਹੀਂ ਹੈਗਾ ਇੱਕ ਵਾਰੀ ਮੈਂ ਇਹ ਵਾਈਸ ਵੀ ਕਰਵਾ ਦੇਵਾਂਗੀ ਸਾਰਾ ਇਹ ਦੇਖੋ ਯੂਨਿਟਸ ਯੂਨਿਟ ਸਿੰਪਲ ਆ ਕੱਢਣ ਦੇ ਕੀ ਲਿਖ ਲੋ ਕੈਮੀਕਲ ਇਕੁਇਲਿਬਰੀਅਮ ਕਨਸਟੈਂਟ ਜਿਹੜਾ ਕੀ ਹੈ ਨਾ ਇਹਦੇ ਯੂਨਿਟ ਪੁੱਛ ਰਿਹਾ ਹੋ ਪਹਿਲਾਂ ਤਾਂ ਰਿਐਕਸ਼ਨ ਦੇਖਣੀ ਪੈਣੀ ਤੁਹਾਨੂੰ ਇਹਦੇ ਲਈ ਹੁਣ ਦੇਖੋ ਰਿਐਕਸ਼ਨ ਲਿਖ ਲੋ ਪਹਿਲਾਂ ਤਾਂ ਪ੍ਰੋਡਕਟ ਹੁੰਦਾ ਹੈ ਉੱਪਰ ਪ੍ਰੋਡਕਟ ਦੀ ਕਨਸੈਂਟ੍ਰੇਸ਼ਨ ਨੀਚੇ ਰਿਐਕਟਡ ਦੀ ਕਨਸੈਂਟ੍ਰੇਸ਼ਨ ਜੇ ਕੋਈ ਕੋਫੀਸ਼ੀਐਂਟ ਹੋ ਪਾਵਰ 'ਚ ਉੱਪਰ ਚਲਾ ਜਾਂਦਾ ਹੈ ਹੁਣ ਦੇਖੋ ਇੱਕ ਕਨਸੈਂਟ੍ਰੇਸ਼ਨ ਨਾਲ ਕਨਸੈਂਟ੍ਰੇਸ਼ਨ ਦਾ ਯੂਨਿਟ ਕੀ ਹੁੰਦਾ ਮੋਲ ਪਰ ਲੀਟਰ ਇੱਕ ਕਨਸੈਂਟ੍ਰੇਸ਼ਨ ਕੀ ਹੁੰਦਾ n v n ਦੇ ਹੁੰਦੇ ਮੋਲ v ਦੇ ਹੁੰਦੇ ਲ लीटर ऊपर भी मोल देखो जो इतने यूनिट लिखोगे मोल पर लीटर पावर दो ये आ पावर दो हो जाएगी ये यदि पावर दो हो जाएगी नीचे ये भी मोल पर लीटर फिर ऑक्सीजन कॉन्सनट्रेस मोल पर लीटर सो मोल 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 स्केर पर लीटर पर लीटर पर लीटर दी पावर माइनस दो सेम ऊपर भी इोल पर लीटर ना पावर सारी दो तो ये कट्टे जाने ਸਿੱਧੀ ਜੀ ਗੱਲ ਇੱਥੇ ਉੱਪਰ ਪਾਵਰ 2 ਆ نیچے 1 1 ਪਾਵਰ 2 ਹੋ ਜਾਣਗੇ ਕਨਸੈਂਟ੍ਰੇਸ਼ਨ ਇਹਦੇ ਕੱਟ ਕੇ ਇਹਦੇ ਨੋ ਯੂਨਿਟ ਕੋਈ ਯੂਨਿਟ ਨਹੀਂ ਹੋਣਗੇ ਬਣਾਏ ਵੀ ਹੋਏ ਦੇਖੋ ਮੋਲ ਪਰ ਲੀਟਰ ਆ ਪਾਵਰ 2 ਆ نیچے ਇਹਦੇ ਕਨਸੈਂਟ੍ਰੇਸ਼ਨ ਇਹ ਮੋਲ ਪਰ ਲੀਟਰ ਇਹਦੇ ਵੀ ਮੋਲ ਪਰ ਲੀਟਰ ਸਿਮਿਲਰਲੀ ਅਗਲੀ ਰਿਐਕਸ਼ਨ ਨਹੀਂ ਕਰ ਲਓਗੇ ਖੁਦ ਤੁਸੀਂ ਇਹ ਦੇਖ ਲਓ ਇਹ ਕ ਰਿਐਕਸ਼ਨ ਠੀਕ ਆ ਮੋਲ ਪਰ ਲੀਟਰ ਸਕਰ ਮੋਲ ਪਰ ਲੀਟਰ ਇੱਥੇ ਪਾਵਰ 3 ਸੀਗਾ ਕਟਿੰਗ ਵਗੈਰਾ ਖੁਦ ਕਰ ਲੈਣੀ ਇਦਾਂ ਆਪਾਂ ਯੂਨਿਟਸ ਸੇ ਕੱਢ ਲੈਣੇ ਨੇ ਨੈਕਸਟ ਇੱਕ ਨਮਰੀਕਲ ਦੇਖੋ ਪੀਸੀਐਲ5 ਪੀਸੀਐਲ3 ਐਂਡ ਸੀਐਲ2 ਇਕੁਇਲਿਬਰੀਅਮ ਤੇ ਹੈ ਗਿਆ ਏਟ 500 ਕੇਲਵਿਨ ਕਨਸੈਂਟ੍ਰੇਸ਼ਨ ਦਿੱਤੀਆਂ ਇਹਦੀ ਕਨਸੈਂਟ੍ਰੇਸ਼ਨ ਸਾਰਿਆਂ ਦੀ ਕਨਸੈਂਟ੍ਰੇਸ਼ਨ ਜਿਹੜੀ ਉਹ 기ਵਨ ਹੈਗੀ ਆ ਠੀਕ ਹੈ ਕੈਲਕੂਲੇਟ ਕਰਨਾ ਕੇਸੀ ਫਾਰ ਦਾ ਰੈਕਸ਼ਨ ਹੁਣ ਕੇਸੀ ਦੀ ਗੱਲ ਕੀਤੀ ਆ ਦੇਖੋ ਸਾਨੂੰ ਪਹਿਲੀ ਗੱਲ ਕੇਸੀ ਲਿਖਣਾ ਆਣਾ ਚਾਹੀਦਾ ਨਾ ਉੱਪਰ ਪ੍ਰੋਡਕਟ ਦੀ ਕਨਸੈਂਟ੍ਰੇਸ਼ਨ ਨੀਚੇ ਕੀ ਹੁੰਦੀ ਰਿਐਕਟੈਂਟ ਦੀ ਤੁਹਾਨੂੰ ਪ੍ਰੋਡਕਟ ਦੀ ਕਨਸੈਂਟ੍ਰੇਸ਼ਨ ਵੀ 기ਵਨ ਆ ਸਾਰਿਆਂ ਦੀ ਰਿਐਕਟੈਂਟ ਦੀ ਵੀ ਡਿਵਾਈਡ ਕਰਕੇ ਆਨਸਰ ਆ ਜਾਣਾ ਕਿੰਨਾ ਛੋਟਾ ਕੁਐਸਚਨ ਹੈ केसी ने किया है फाइंड आउट करने के तो सानू केसी ਦਾ ਫਾਰਮੂਲਾ ਪਤਾ ਹੋਣਾ ਚਾਹੀਦਾ ਡਿਵਾਈਡ ਕਰਕੇ ਆਨਸਰ ਆ ਜਨੋਤੇ ਨੈਕਸਟ ਆ ਕੇਸੀ ਕੜਨਾ ਹੈ ਜੇ ਕੇਪੀ ਦਿੱਤਾ ਹੋਇਆ ਹੁਣ ਜੇ ਸਾਨੂੰ ਕੇਪੀ ਦਿੱਤਾ ਕੇਸੀ ਆ ਸਾਨੂੰ ਪਤਾ ਕੇਪੀ ਤੇ ਕੇਸੀ ਚ ਰਿਲੇਸ਼ਨ ਹੁੰਦਾ ਕਿ ਕੇਪੀ ਇਕੁਅਲ ਟੂ ਕੇਸੀ ਆਰਟੀ ਦੀ ਪਾਵਰ ਡੈਲਟਾ ਐਂਡ ਡੈਲਟਾ ਐਨ ਕਿਦਾਂ ਕੱਢਦੇ ਆ ਪ੍ਰੋਡਕਟ ਦੇ ਮੋਲ ਮਾਈਨਸ ਰਿਐਕਟੈਂਟ ਦੇ ਪ੍ਰੋਡਕਟ ਦੇ ਕਿੰਨੇ ਆ ਦੋ ਰਿਐਕਟੈਂਟ ਦੇ ਕਿੰਨੇ ਦੋ ਇੱਕ ਤੇ ਤਿੰਨ 2 3 1 ਆ ਜਾਏਗਾ ਕੇਪੀ ਇਕੁਅਲ ਟੂ ਕੇਸੀ ਆਰਟੀ ਦੀ ਪਾਵਰ ਮਾਈਨਸ ਡੈਲਟਾ ਐਨ ਜੀ ਯਾਨੀ ਇੱਥੇ ਇੱਥੇ ਮਾਈਨਸ 1 ਆ ਜਾਏਗਾ ਠੀਕ ਹੈ ਇੱਥੇ ਪ੍ਰੋਡਕਟ ਮਾਈਨਸ ਰਿਐਕਟੈਂਟ ਲਿਆ ਹੋਇਆ ਆ ਐਂਡ ਕੇਸੀ ਕੇਸੀ ਦੀ ਵੈਲਿਊ ਅਸੀਂ ਕੱਢਣੀ ਆ ਕੇਪੀ ਦੀ ਵੈਲਿਊ ਸਾਨੂੰ ਪ੍ਰੋਵਾਈਡਡ ਹੈਗੀ ਆ 3.4 ਪਰ ਬਾਰ ਠੀਕ ਹੈ ਐਟ 1000 ਡਿਗਰੀ ਸੈਲਸੀਅਸ ਸੋ ਇਹ ਸਾਰੀਆਂ ਵੈਲਿਊਜ਼ ਤੁਸੀਂ ਕੀ ਕਰਨੀਆਂ ਪੁੱਟ ਕਰ ਦੇਣੀਆਂ ਇਹਦੇ ਦੇਖੋ ਹੁਣ ਬਾਹਰ ਬਾਰ ਚ ਕਿੰਨਾ ਲੈਣਾ ਅਸੀਂ 0.083 ਇਹੀ ਸੀਗਾ ਆਰ ਦੀ ਵੈਲਿਊਜ਼ ਅਸੀਂ ਇੱਦਾਂ ਲੈਣੀਆਂ ਹੁਣ ਜੇ ਆਰ ਹੈਗਾ ਦੇਖੋ ਇੱਥੇ ਆਪਾਂ ਕੀਤਾ ਵੀ ਸੀਗਾ ਇੱਥੇ ਸਾਨੂੰ ਦੱਸਿਆ ਵੀ ਸੀਗਾ ਉਹਨੇ ਕਿਸੀ ਵੈਲਿਊਜ਼ ਕਿਦਾਂ ਲੈਣੀ ਹੈ ਜੇ ਸਾਡੇ ਕੋਲ ਬਾਰ ਦੇ ਵਿੱਚ ਆ ਫਿਆਰ ਦੀ ਵੈਲਿਊ ਕਿੰਨੀ ਲੈਣੀ ਆ 0.0831 ਕਲੀਅਰ ਹੈ ਓਕੇ ਨੈਕਸਟ ਚਲਦੇ ਆ ਇਹ ਆਪ ਵੈਲਿਊਜ਼ ਪੁੱਟ ਕਰਤੀਆਂ ਟੈਂਪਰੇਚਰ ਤੁਹਾਨੂੰ 1000 ਡਿਗਰੀ ਸੈਲਸੀਅਸ ਦਿੱਤਾ ਹੋਇਆ ਇਹਨੂੰ ਕੇਲਵਿਨ ਚ ਕਨਵਰਟ ਕਰ ਲਓ ਵਿੱਚ 273 ਐਡ ਕਰਕੇ ਤੇ 1273 ਕੇਲਵਿਨ ਹੋ ਜਾਏਗੀ ਠੀਕ ਹੈ ਵੈਲਿਊ ਪੁੱਟ ਕਾ ਦਿੱਤੀ ਆ ਸਾਰੀ ਇਨੀ ਲੰਬੀ ਕੈਲਕੂਲੇਸ਼ਨ ਤੁਹਾਨੂੰ ਆਣੀ ਵੈਸੀ ਕੇਪੀ ਇਕਵਲ ਟੂ ਕੇਸੀ ਆਰਟੀ ਪਾਵਰ ਡੈਲਟਾ ਐਂਡ ਡੈਲਟਾ ਦੀ ਵੈਲਿਊ ਕੱਢ ਲਈ ਪ੍ਰੋਡਕਟ ਦੇ 2 ਤੇ 3 ਹੈਗੇ ਮਾਈਨਸ 2 1 ਆ ਗਿਆ ਠੀਕ ਹੈ ਵੈਲਿਊਜ਼ ਪੁੱਟ ਕਰ ਦੇਣੀ ਹੈ ਤੁਹਾਡੇ ਕੋਲ ਕੀ ਆ ਜਾਏਗਾ ਆਨਸਰ ਆ ਜਾਏਗਾ ਕਲੀਅਰ ਇਸ ਵੀਡੀਓ ਦੇ ਵਿੱਚ ਆਪਾਂ ਇੰਨੇ ਕੁਐਸਚਨ ਕਰਦੇ ਹਾਂ ਮੈਂ ਤੁਹਾਨੂੰ ਇੱਕ ਵਾਰੀ ਮੀਨ ਮੀਨਸ ਦੱਸ ਦੇਣੀ ਸਾਰਾ ਕਿ ਤੁਸੀਂ ਕੀ ਨੋਟ ਡਾਊਨ ਕਰਨਾ ਇੱਕ ਸ਼ੋਰਟਹੈਂਡ ਨੋਟਸ ਲਈ ਜੋ ਜ਼ਿਆਦਾ ਇੰਪੋਰਟੈਂਟ ਹੈਗਾ ਆ ਇਕ ਤਾਂ ਸਿੰਪਲ ਤੁਹਾਨੂੰ ਇਕੁਇਲਿਬਰੀਅਮ ਬਾਰੇ ਪਤਾ ਹੋਣਾ ਚਾਹੀਦਾ ਇਹ ਨਾ ਕਿ ਅਸੀਂ ਚੈਪਟਰ ਦਾ ਨਾਮ ਹਟਾ ਦੇ ਨੂੰ ਇਗਨੋਰ ਕਰ ਦਈਏ ਨਹੀਂ ਇਹਨੂੰ ਯਾਦ ਰੱਖਣਾ ਹੋ ਸਕਦਾ ਹੈ ਕਿ ਵੇਰੀ ਡੈਫੀਨੇਸ਼ਨ ਚ ਉਹ ਪੁੱਛ ਲੈ ਵਿੱਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਇਨਕੋਰੈਕਟ ਜਾਂ ਕੋਰੈਕਟ ਸੋ ਫਸਟ ਆਫ 올 ਤੁਹਾਨੂੰ ਇਕੁਇਲਿਬਰੀਅਮ ਦੀ ਡੈਫੀਨੇਸ਼ਨ ਬਾਰੇ ਪਤਾ ਹੋਣਾ ਚਾਹੀਦਾ ਕਿ ਇਕੁਇਲਿਬਰੀਅਮ ਕੀ ਆ ਇਹ ਉਹ ਇੱਕ ਸਟੇਟ ਆ ਜਿੱਥੇ ਜਿਹੜੀ ਕਨਸੈਂਟ੍ਰੇਸ਼ਨ ਰੈਕਟੈਂਟ ਦੇ ਪ੍ਰੋਡਕਟ ਦੀ ਟਾਈਮ ਨਾਲ ਚੇਂਜ ਨਹੀਂ ਹੁੰਦੀ ਤੇ ਮੇਜ਼ ਰਿਵਰ ਪ੍ਰੋਪਰਟੀ ਲਾਈਕ ਪ੍ਰੈਸ਼ਰ ਡੈਂਸਿਟੀ ਕਲਰ ਕਨਸੈਂਟ੍ਰੇਸ਼ਨ ਇਹ ਸਾਰੇ ਚੇ ਕਿ ਇਥੇ ਰੇਟ ਆਫ ਫਾਰਵਰਡ ਜਿਹੜਾ ਇਕੁਅਲ ਟੂ ਹੁੰਦਾ ਰੇਟ ਆਫ ਬੈਕਵਰਡ ਉਸ ਤੋਂ ਬਾਅਦ ਤੁਸੀਂ ਹੈਨਰੀ ਡਰਾ ਦੀ ਸਟੇਟਮੈਂਟ ਯਾਦ ਰੱਖੋਗੇ ਬਸ ਐਂਡ ਲਾਫ ਮਾਸ ਸੈਕਸ਼ਨ ਨੂੰ ਚੰਗੀ ਤਰ੍ਹਾਂ ਯਾਦ ਰੱਖੋਗੇ ਇਹ ਆਇਆ ਵੀ ਹੋਇਆ ਪੇਪਰ 'ਚ ਐਂਡ ਹੋ ਸਕਦਾ ਇਸ ਵਾਰੀ ਇਹ ਪੁੱਛ ਲਵੇ ਜਿੱਦਾਂ ਉਹਨੇ ਇਹੀ ਥਿਊਰੀ ਆਫ ਮਾਸ ਸੈਕਸ਼ਨ ਤੇ ਕੀਤਾ ਸੀਗਾ ਮੈਂ ਤੁਹਾਨੂੰ ਕੁਐਸਚਨ ਤੇ ਹੀ ਦੱਸਦੀ ਹਾਂ ਇਦਾਂ ਵੀ ਪੁੱਛ ਸਕਦਾ ਉਹ ਕੁਐਸਚਨ ਵੇਟ ਇਹ ਦੇਖੋ ਕੁਐਸਚਨ ਨੇ ਕੀ ਦਿੱਤਾ ਸੀਗਾ ਇੱਥੇ ਕਿ ਰੇਟ ਆਫ ਕੈਮੀਕਲ ਰੈਕਸ਼ਨ ਇਜ਼ ਡਾਇਰੈਕਟਲੀ proportionsਲ ਟੂ ਯਾਨੀ ਰੇਟ ਆਫ ਕੈਮੀਕਲ ਰੈਕਸ਼ਨ ਇਜ਼ ਡਾਇਰੈਕਟਲੀ ਅਕੋਰਡਿੰਗ ਟੂ ਦਿਸ ਥਿਉਰੀ ਉਹ ਆ ਗਿਆ ਕਨਸੈਂਟਰੇਸ਼ਨ ਆਫ ਰੈਕਟੈਂਟ ਇਹ ਸਿੱਧਾ ਇਕੁਇਲਿਬ੍ਰੀਅਮ ਕਨਸਟੈਂਟ ਹੁਣ k ਤੋਂ ਕੁਐਸਚਨ ਕਿੱਦਾਂ ਬਣ ਸਕਦਾ ਸਾਨੂੰ ਪਤਾ ਰੇਟ ਕਿਹੜਾ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਹੈਗਾ ਕਨਸੈਂਟਰੇਸ਼ਨ ਆਫ ਰੈਕਟੈਂਟ ਯਾਨੀ ਪ੍ਰੋਪੋਰਸ਼ਨੈਲਿਟੀ ਹਟਾ ਕੇ ਬਰਾਬਰ ਕਨਸਟੈਂਟ ਆ ਜਾਂਦਾ ਕਨਸੈਂਟਰੇਸ਼ਨ a ਤੇ b ਦੀ ਜਿਵੇਂ ਕਨਸੈਂਟ੍ਰੇਸ਼ਨ ਯੂਨਿਟੀ ਕਰ ਦਮਾ ਤੇ R ਕੀ ਆ ਜਾਏਗਾ K ਉਹ ਪੁੱਛ ਸਕਦਾ ਕਿ ਇਸ ਥਿਉਰੀ ਦੇ ਅਕੋਰਡਿੰਗ ਜਿਹੜਾ ਰੇਟ ਕਨਸਟੈਂਟ ਆ ਉਹ ਇਕੁਅਲ ਟੂ ਰੇਟ ਆਫ ਰੈਕਸ਼ਨ ਕਦੋਂ ਹੁੰਦਾ ਆਪਸ਼ਨ ਦੇਗਾ ਜਦੋਂ ਕਨਸੈਂਟ੍ਰੇਸ਼ਨ ਇੰਨੀ ਹੈਗੀ ਆ ਕਨਸਟਿਟਿਊਸ਼ਨ ਯੂਨਿਟੀ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਜਦੋਂ ਕਨਸੈਂਟ੍ਰੇਸ਼ਨ ਕਿੰਨੀ ਹੁੰਦੀ ਯੂਨਿਟੀ ਹੁੰਦੀ ਠੀਕ ਆ ਕੁਐਸਚਨ ਆ ਰੇਟ ਕਰਕੇ ਉਹਨੂੰ ਦੇਖਣਾ ਕਿ ਕਿੱਤਾ ਕੁਐਸਚਨ ਪੁੱਟ ਕੀਤੇ ਜਾ ਸਕਦੇ ਠੀਕ ਆ ਸੋ ਇਹ ਵਾਲੀ ਚੀਜ਼ ਤੁਹਾਨੂੰ ਜਿਹੜੀ ਪੁੱਟ ਕੀਤੀ ਜਾ ਸਕਦੀ ਹੈ ਦੇਖੋ ਨਾ ਇਹ ਵਾਲੀ r 3/2 ਜਦੋਂ ਇਹਨਾਂ ਦੀ ਕਨਸੈਂਟ੍ਰੇਸ਼ਨ ਕੀ ਹੋ ਗਈ ਯੂਨਿਟੀ ਸੋ ਇਹ ਲਿਖਿਆ ਹੋਇਆ ਇਹ ਥੋੜਾ ਹਾਈਲਾਈਟ ਜਿਹੜੇ ਨਾ ਬਿਲਕੁਲ ਟੈਕਸਚਰ ਥੋੜਾ ਡਿਫਰੈਂਟ ਹੁੰਦਾ ਨਾ ਉਹਨੂੰ ਜ਼ਰੂਰ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਇਹ ਕੁਐਸਚਨ ਜ਼ਿਆਦਾਤਰ ਹੁੰਦਾ ਜਾਂ ਜਿਹੜਾ ਬਲੈਕ ਕਲਰ ਨਾਲ ਮਾਰਕ ਕੀਤਾ ਹੁੰਦਾ ਉਹ ਟਾਪਿਕ ਕਿੰਮ ਇੰਪੋਰਟੈਂਟ ਹੁੰਦਾ ਸਾਰੇ ਦਾ ਸਾਰ ਬਾਕੀ ਲਾਫ ਕੈਮੀਕਲ ਇਕੁਇਲਿਬ੍ਰੀਅਮ ਦੀ ਜਸਟ ਸਿੱਧੀ ਸਟੇਟਮੈਂਟ ਯਾਦ ਰੱਖਣੀ ਹੈ ਕਿ ਜਿਹੜਾ ਇਕੁਇਲਿਬ੍ਰੀਅਮ ਕਨਸਟੈਂਟ ਕੈਪੀਟਲ K ਆ ਉਹ ਕੀ ਹੁੰਦਾ ਉੱਪਰ ਪ੍ਰੋਡਕਟ ਦੀ ਕਨਸੈਂਟ੍ਰੇਸ਼ਨ نیچے ਰ ਨਿੱਤ ਹੋਇਆ ਸੀਡੀ ਤੇ ਇੱਕ ਗੱਲ ਯਾਦ ਰੱਖਣਾ ਇਕਲੀਬ੍ਰੀਅਮ ਸਟੇਟ ਤੇ ਕਿਊ ਇਸ ਇਕੁਅਲ ਟੂ ਕੇ ਬਾਕੀ ਕਿਊ ਬਾਰੇ ਅੱਗੇ ਵੀ ਹੋਰ ਵੀਡੀਓ ਦੇ ਵਿੱਚ ਆਏਗਾ ਤੇ ਆਪਾਂ ਉੱਥੇ ਨੂੰ ਡਿਟੇਲ ਚ ਹੋਰ ਸਟੱਡੀ ਕਰਾਂਗੇ ਉਸ ਤੋਂ ਬਾਅਦ ਹੀ ਲਿਖਣਾ ਆਣਾ ਚਾਹੀਦਾ ਤੁਹਾਨੂੰ ਉਸ ਤੋਂ ਬਾਅਦ ਰਿਲੇਸ਼ਨ ਬਿਟਵੀਨ ਕੇ ਪੀ ਐਂਡ ਕੇ ਸੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਡਾਇਰੈਕਟ ਰਿਲੇਸ਼ਨ ਯਾਦ ਰੱਖ ਲੈਣਾ ਹੈ ਉਸ ਤੋਂ ਬਾਅਦ ਆ ਡੀ ਕੋਲੇ ਵਾਲੇ ਜੋ ਨਮੈਰੀਕਲ ਦੋਸਾਰ ਆਪਾਂ ਕੀਤੇ ਆ ਇਹ ਵਾਲੇ ਧਿਆਨ ਰੱਖਣੇ ਤੇ ਇੱਕ ਵੈਲਿਊਜ਼ ਆਰ ਦੀ ਵੈਲਿਊ ਹੋ ਸਕਦਾ ਡਾਇਰੈਕਟ ਵਗੈਥ ਲਵੇ ਉਹ ਕਿ ਜੇ ਸਾਡੇ ਕੋਲ ਪ੍ਰੈਸ਼ਰ ਇਹਦੇ ਵਿੱਚ ਅਤੇ आर ਦੀ ਵੈਲਿਊ ਦੱਸੋ ਕਿਹੜੀ ਯੂਜ਼ ਕਰਾਂਗੇ ਬਾਕੀ ਵੈਸੇ ਜਦੋਂ ਨੰਮਰਿਕਲ ਚ ਹੀ ਪੁੱਛੀ ਜਾਂਦੀ ਆ ਨੰਮਰਿਕਲ ਚ ਹੀ ਤੁਹਾਨੂੰ ਪੁੱਟ ਕਰਨੀ ਆਣੀ ਚਾਹੀਦੀ ਆ ਐਂਡ ਯੂਨਿਟ ਉਹ ਰਿਐਕਸ਼ਨ ਦੇ ਦੇਗਾ ਤੇ ਯੂਨਿਟ ਪੁੱਛ ਲਏਗਾ ਸਿੰਪਲ ਆ ਕਿ ਇਹਦੀ ਵੈਲਿਊ ਲਿਖੋ ਕਨਸਟ੍ਰੂਸ਼ਨ ਜਿਹਾ ਮੋਲ ਪਰ ਲੀਟਰ ਲਿਖੋ ਜੇ ਪਾਵਰ 2 ਆ ਤੇ 2 ਲਿਖੋ 3 ਨਾ ਤਿੰਨ ਇਹਨੂੰ ਸੋਲਵ ਕਰਕੇ ਆਨਸਰ ਦੇ ਦਿਓ ਉਹ ਤੁਹਾਡੇ ਯੂਨਿਟ ਹੋਣਗੇ ਨੰਮੈਰਿਕਲ ਆਂਦਾ ਸਿੰਪਲ ਕੇਸੀ ਦੀ ਵੈਲਿਊ ਲਿਖਣੀ ਆਣੀ ਚਾਹੀਦੀ ਆ ਕੇਪੀ ਕੇਸੀ ਚ ਰਿਲੇਸ਼ਨ ਪਤਾ ਹੋਣਾ ਚਾਹੀਦਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਚੀਜ਼ ਆਪਾਂ ਕਰੀ ਇਕੁਇਲਿਬ੍ਰੀਅਮ ਚੈਪਟਰ ਚੈਪਟਰ ਬਹੁਤ ਇੰਪੋਰਟੈਂਟ ਤੇ ਬਹੁਤ ਈਜ਼ੀ ਆ ਮਤਲਬ ਸਿੱਧੇ ਸਿੱਧੇ ਕੁਝ ਟੌਪਿਕ ਹੈਗੇ ਨੇ ਜਿਨ੍ਹਾਂ ਚੋਂ ਕੁਐਸਚਨ ਆਂਦਾ ਠੀਕ ਹੈ ਸੋ ਇਹ ਵਾਲੇ ਧਿਆਨ ਨਾਲ ਕਰ ਲੈਣਾ ਨੈਕਸਟ ਵੀਡੀਓ ਦੇ ਵਿੱਚ ਮੈਂ ਨੈਕਸਟ ਟੌਪਿਕ ਕਰਵਾਵਾਂਗੀ ਜੇ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਜ਼ਰੂਰ ਕਰੋ ਥੈਂਕਸ ਫॉर ਵਾਚਿੰਗ ਦਾ ਵੀਡੀਓ